ਪਹਿਲਾਂ ਸਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਸਭ ਠੀਕ ਠਾਕ ਹੋਵੋਗੇ। ਜਿਹੜੇ ਬੈਠੇ ਮੇਰੇ ਦੇਸ਼ ਵਿਦੇਸ਼ ਬੈਠੀਆਂ ਮੇਰੀਆਂ ਭੈਣਾਂ, ਮੇਰੀਆਂ ਮਾਵਾਂ, ਮੇਰੇ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਬਹੁਤ ਦਿਨ ਬਾਅਦ ਤੁਹਾਡੇ ਕੋਲ ਆਪਾਂ ਲਾਈਵ ਹੋਏ ਹਾਂ ਅੱਜ। ਜਿਵੇਂ ਅੱਗੇ ਹੁਣ ਪਰਸੋਂ ਦਾ ਨਵਰਾਤਰੇ ਸ਼ੁਰੂ ਹੋ ਰਹੇ ਨੇ ਅਤੇ ਮਹਾਮਾਈ ਦੇ ਜਦੋਂ ਦੇ ਘਰਾਂ 'ਚ ਵੈਡਿੰਗ ਸੀਜ਼ਨ ਚੱਲ ਰਿਹਾ ਵਾ ਜਾਂ ਕੋਈ ਪਾਰਟੀ ਚੰਗ ਫਚਾ ਰਿਹਾ, ਫੰਕਸ਼ਨ ਆ ਰਿਹਾ, ਉਹਨਾਂ ਵਾਸਤੇ ਅਸੀਂ ਲਾਈਟ ਰੇਂਜ 'ਚ ਡਰੈਸਸ ਲਾਂਚ ਕੀਤੀਆਂ ਨੇ ਕਿ ਜੋ ਰੇਂਜ ਥੋੜ੍ਹੀ 10-12-13 ਦੇ ਇੰਚ ਲੌਂਗ ਡਰੈਸਾਂ ਨੇ ਜਿਹਦੇ 'ਚ, ਅਤੇ ਨਾਲ ਤੁਹਾਨੂੰ 11-12 ਪਾਕਿਸਤਾਨੀ ਸੂਟ ਉਹ ਲੈ ਕੇ 10-10 ਸੈਂਪਲ ਲੈ ਕੇ ਪੇਸ਼ ਹੋਏ ਹਾਂ। ਅਤੇ ਸਾਰੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਉ ਅਤੇ ਵੱਧ ਤੋਂ ਬੰਦੇ ਆਪਣੇ ਅਟੈਚ ਹੋ ਜਾਣ ਅਤੇ ਜਿਹੜੀ ਆਪਣੀ ਨਈ ਕਲੈਕਸ਼ਨ ਹੈਗੀ ਹੈ ਹਰ ਜਗ੍ਹਾ 'ਤੇ ਪਹੁੰਚ ਸਕੇ। ਕੋਈ ਵੀਡੀਓ ਵੱਧ ਤੋਂ ਸ਼ੇਅਰ ਕਰੋ, ਤੁਸੀਂ ਵੀਡੀਓ ਵੱਧ ਤੋਂ ਸ਼ੇਅਰ ਕਰਦੇ ਹੋ, ਮਨ ਕਰਦਾ ਵੀਡੀਓ ਪਾਉਣ ਦਾ ਕਿ ਹਾਂ ਵੀ ਅੱਜ ਵੀਜ਼ ਹੋ ਆਪਣੇ 13,000 15,000 18,000 ਵੀਊਜ਼ ਹੋਏ ਨੇ। ਅਤੇ ਪਲੀਜ਼ ਵੀਡੀਓ ਵੱਧ ਤੋਂ ਸ਼ੇਅਰ ਕਰਿਆ ਕਰੋ, ਇਹ ਸਭ ਤੁਹਾਡੇ ਪਿਆਰ ਨਾਲ ਹੋਣਾ ਵਾ, ਤੁਹਾਡੇ ਰਿਸਪੋਂਸ ਨਾਲ ਹੋਣਾ ਵਾ। ਬਾਕੀ ਜੋ ਵਰਾਇਟੀ ਨਵੀਂ ਆ ਰਹੀ ਆ, ਬ੍ਰਾਈਡਲ ਲਹਿੰਗਾ ਆ ਰਿਹਾ ਵਾ, ਆਪਣੇ ਪਾਰਟੀ ਵੇਅਰ ਗਾਊਨਸ ਸਟਾਰਟਿੰਗ ਹੋ ਜਾਂਦੇ 10-12,000 ਤੋਂ ਆਪਣੇ ਕੋਲ। ਅਤੇ ਤੁਹਾਨੂੰ ਲੱਖ ਸਵਾ ਲੱਖ ਤੱਕ ਗਾਊਨ ਆਪਣਾ ਆਪਾਂ ਫੰਕਸ਼ਨ ਵਾਸਤੇ ਦੇਖਣਾ, ਰਿੰਗ ਸੈਰਮਨੀ ਵਾਸਤੇ ਗਾਊਨ ਦੇਖਣਾ ਵਾ, ਰਿਸੈਪਸ਼ਨ ਵਾਸਤੇ ਗਾਊਨ ਦੇਖਣਾ ਵਾ। ਬਹੁਤ ਬਿਊਟੀਫੁਲ ਬਰਾਈਟੀ ਆਈ ਹੋਈ ਆ। ਅਤੇ ਜਿਹੜੇ ਕਸਟਮਰ ਸਾਡੇ ਲੋਕਲ ਹੈਗੇ ਆ, ਨਹੀਂ ਵਿਜ਼ਿਟ ਕਰ ਪਾਏ, ਇੱਕ ਵਾਰ ਜ਼ਰੂਰ ਵਿਜ਼ਿਟ ਕਰੋ, ਕਿਉਂਕਿ ਆਪਣੇ ਕੋਲ ਸੈਮੀ ਫੋਰਮਲ ਸੂਟਸ, ਸੈਮੀ ਸਿਲਕ ਸੂਟਸ ਸਭ ਹੈਗੇ ਆ, ਸਾਰੇ ਦਿਖਾਵਾਂਗੇ ਤੁਹਾਨੂੰ, ਪੂਰੀ ਦੁਕਾਨ ਦਾ ਰਾਊਂਡ ਕਰਵਾਵਾਂਗੇ। ਅਤੇ ਲੈਵਲ ਨੰਬਰ ਸਟਾਰਟ ਕਰੋ। ਬਾਕੀ ਜਿਹੜੀ ਆਪਣੀ ਉਹ ਹੈਗੀ ਆ ਕੈਸ਼ ਔਨ ਡਿਲੀਵਰੀ ਸੁਵਿਧਾ, ਉਹ ਹਜੇ ਹੈਗੀ ਆ। ਅਤੇ ਮੈਂ ਕਹਿੰਦਾ ਵੀਡੀਓ ਵੱਧ ਤੋਂ ਸ਼ੇਅਰ ਕਰ ਲਓ ਕਿ ਬੰਦੇ ਵੱਧ ਅਟੈਚ ਹੋ ਜਾਣ ਆਪਣੇ ਨਾਲ, ਅਤੇ ਆਪਾਂ ਨੂੰ ਵਧੀਆ ਰਿਸਪੋਂਸ ਮਿਲ ਸਕੇ ਵੀਡੀਓ ਦਾ। ਅਤੇ ਤਾਂ ਹੀ ਅਸੀਂ ਅੱਗੇ ਥੋੜ੍ਹੀ ਆਪਾਂ ਲਾਈਵ ਪਾਈ ਆ ਵੀਡੀਓ। ਅਤੇ ਇੱਕ ਵਾਰੀ ਚਾਰਾ ਦੁਬਾਰਾ ਨੰਬਰ ਚੈੱਕ ਕਰ ਲਓ। ਇਹ ਆਪਣੇ 3 ਪੁਰਾਣੇ ਵਟਸਅਪ ਨੰਬਰ ਜਦੋਂ ਤੁਹਾਡੇ ਪਿਆਰ ਨਾਲ ਆਪਾਂ ਸਹਿਯੋਗ ਨਾਲ ਸ਼ੁਰੂ ਕੀਤਾ ਸੀਗਾ ਔਨਲਾਈਨ ਦਾ ਕੰਮ। ਇਹ ਆਪਣੇ 3 ਪੁਰਾਣੇ ਵਟਸਅਪ ਨੰਬਰ ਨੇ 8847484811 43, ਨੰਬਰ ਮੇਰਾ ਸੰਦੀਪ ਸਿੰਘ ਦਾ 9876377601, ਇਹ ਮੋਹਿਤ ਵਰਮਾ ਸਾਡੇ ਮੈਨੇਜਰ ਨੇ ਉਹਨਾਂ ਦਾ ਨੰਬਰ ਆ 9501000416, ਇਹ ਸ਼ੋਪ ਦਾ ਨੰਬਰ ਆ ਜਿਹੜਾ ਜਸਨੂਰ ਜੀ ਕੋਲ ਹੁੰਦਾ ਵਾ। ਅਤੇ ਸਟਾਰਟ ਕਰਦੇ ਹਾਂ, ਤੁਹਾਨੂੰ ਆਪਾਂ ਡਰੈਸ ਹੀ ਦਿਖਾਉਣੀ ਆ। ਆਹ ਲਓ ਜੀ ਆਈਟਮ ਨੰਬਰ 1, ਜਿੰਨੀਆਂ ਡਰੈਸਾਂ ਆਉਣੀਆਂ ਸਭ ਬਿਊਟੀਫੁਲ ਆਉਣਗੀਆਂ, ਜਿਨ੍ਹਾਂ ਦਾ ਕੋਈ ਓਕੇਜ਼ਨ ਨਹੀਂ ਹੋਏਗਾ, ਕਿਉਂਕਿ ਅੱਜ ਸਾਰੇ ਓਕੇਜ਼ਨ ਹੀ ਆਉਣੇ ਨੇ ਜੀ, ਜਿਨ੍ਹਾਂ ਨੂੰ ਕੀ ਰਿਕੁਆਇਰਮੈਂਟ ਨਹੀਂ ਹੈਗੀ, ਉਹ ਜੀ ਜੋ ਡਰੈਸਿਸ ਬਾਏ ਕਰੋ। ਆਹ ਸਾਰਾ ਥਰੈਡ ਬਾਕਸ 'ਚ ਡਰੈਸਿਸ ਆਉਣੀਆਂ ਜੀ, ਡਿਫਰੈਂਟ ਬਟਨਸ ਲੱਗੇ ਹੋਏ ਨੇ। ਲੌਂਗ ਡਰੈਸ ਹੈਗੀ ਸੈਂਟਰ ਕੱਟ 'ਚ, ਜਦੋਂ ਤੁਸੀਂ ਵਾਕ ਕਰੋਗੇ ਸੈਂਟਰ ਕੱਟ ਉਹਦਾ ਓਪਨ ਹੋਏਗਾ, ਨਾਲ ਇਹਦੇ ਫੈਬਰਿਕ ਹੁੰਦਾ 3 ਮੀਟਰ ਸਿਸਟਮ ਨਾਲ, ਤੁਸੀਂ ਪੈਂਟ ਸ਼ਾਰਾ ਪਲਾਜ਼ੋ ਐਂਡ ਕੁਛ ਵੀ ਰੇਟ ਬਣਾ ਸਕਦੇ ਹੋ। ਬੜੇ ਬੈਕ ਕਰੋ ਇਹਦੀ, ਆਹ ਬਿਊਟੀਫੁਲ ਬੈਕ ਆਏਗੀ, ਦੇਖੋ ਜੀ, ਯਾਨੀ ਕਿ ਇਹਦੀ ਓਵਰ ਚਮਕ ਨਹੀਂ ਹੈਗੀ, ਸਾਰਾ ਸੈਲਫ ਮੈਚਿੰਗ ਵਾਕ ਕੀਤਾ ਹੋਇਆ ਵਾ, ਔਰ ਲਾਈਟ ਵੇਟ ਦੁਪੱਟਾ ਨਾਲ ਸ਼ਿਫੋਨ ਦਾ। ਐਕਚੁਲੀ ਇਹਦਾ 'ਚ ਸਾਈਜ਼ ਆਪਣਾ ਰੇਡੀ ਹੁੰਦਾ 46 ਸਾਈਜ਼, ਯਾਨੀ ਕਿ ਇਹਨੂੰ ਕੋਈ ਵੀ ਏਜ ਪਰਸਨ ਇਹਨੂੰ ਡਰੈਸ ਨੂੰ ਵੀਅਰ ਕਰ ਸਕਦਾ ਵਾ। ਡਰੈਸ ਦੁਪੱਟਾ ਹੈਗਾ ਪਿਓਰ ਸ਼ਿਫੋਨ ਦਾ, ਔਰ ਡਿਜ਼ਾਈਨਰ ਪੱਲੇ ਬਣੇ ਹੋਏ ਨੇ, ਤੁਸੀਂ ਉਹਦੇ ਪਰ ਟਸਸ ਵਗੈਰਾ ਲਗਵਾ ਸਕਦੇ ਹੋ, ਉਹਦੀ ਐਕਸਟਰਾ ਹੁੰਦੇ ਨੇ ਜੀ 525 ਰੁਪਏ ਜੀ। ਆ ਲਓ ਜੀ ਆਈਟਮ ਨੰਬਰ 1 ਆ ਜੀ 12610, ਇਹ ਵਿਦ ਸਟਿਚਿੰਗ ਦਾ, ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ, ਤੁਸੀਂ ਆਪਣਾ ਸਾਈਜ਼ ਭੇਜੋ, ਸ਼ਾਰਾ ਬਣਾਉਣਾ ਉਹਦਾ ਸਾਈਜ਼ ਭੇਜ ਦਿਓ, ਤੁਹਾਨੂੰ ਵਿਦ ਇੰਕਲੂਡਡ ਆ 12610 ਰੁਪਏ ਜੀ। ਲਿਆਉਣੇ ਨੈਕਸਟ ਕਰੋ, ਚੀਜ਼ਾਂ ਬਹੁਤ ਸੋਹਣੀਆਂ ਨੇ, ਕਲਰ ਹੈਗਾ ਸੀ ਗ੍ਰੀਨ ਕਲਰ ਜੀ, ਇਹ ਸਾਰਾ ਸੈਲਫ ਮੈਚਿੰਗ ਵਰਕ ਆਏਗਾ ਜੀ। ਇਹ ਜਿਹੜਾ ਨੈਕਸਟ ਦਿਖਾ ਰਹੇ ਹਾਂ ਉਹ ਤਾਂ ਤੁਸੀਂ ਸਮਝੋ ਗਿਫਟ ਰੇਂਜ ਹੈਗੀ ਆ, ਇਹ ਅਸੀਂ ਕਾਰੀਗਰ ਤੋਂ ਬਾਏ ਕੀਤੇ ਨੇ 4 ਪੀਸ ਬਲੈਕ ਕਲਰ 'ਚ, ਔਰ ਲੁੱਕ ਲੱਗਿਆ ਕਿ ਹਾਂਜੀ ਪੀਸ ਹੈਗਾ 12-13 ਹਜ਼ਾਰ ਦਾ, ਬਟ ਇਹਦੀ ਰੇਂਜ ਵੈਰੀ ਰੀਜ਼ਨੇਬਲ। ਸਾਰਾ ਦੇਖੋ ਕਿੰਨਾ ਬਲੈਕ ਕਲਰ ਉੱਪਰ ਫੈਦਰਸ ਲੱਗੇ ਹੋਏ ਨੇ, ਸਾਰਾ ਸੀਕੁਐਂਸ ਦਾ ਕੰਮ ਕੀਤਾ ਹੋਇਆ ਵਾ, ਨੈੱਟ ਡਬਲ ਲੈਗ ਲੱਗੀ ਹੋਈ ਆ, ਅਗਰ ਤੁਸੀਂ ਕਵਰ ਚਾਹੁੰਦੇ ਹੋ ਕਵਰ ਹੋ ਜਾਏਗਾ, ਨਾਲ ਬਾਜ਼ੂ ਵੀ ਹੈਗੇ ਨੇ, ਹਰ ਡਰੈਸ ਦੇ ਨਾਲ ਬਾਜ਼ੂ ਹੁੰਦੇ ਨੇ, ਤੁਸੀਂ ਲਵਾਉਣਾ ਚਾਹੁੰਦੇ ਹੋ ਤਾਂ ਲਵਾ ਸਕਦੇ ਹੋ। ਆਹ ਦੇਖੋ ਜੀ ਸਾਰਾ ਜੋੜ ਦੀ ਕਲੀਆਂ ਨੇ, ਮੱਸਕ ਕਲੀ ਸਟਾਈਲ ਬੋਲਦੇ ਨੇ ਇਹਨੂੰ ਜੀ, ਇਹ ਡਰੇਪ ਸਟਾਈਲ ਆ ਗਿਆ। ਬੈਕ ਕਰਿਓ ਭਾਜੀ, ਇਹਦਾ ਸਿਰਫ ਬਿਊਟੀਫੁਲ ਫਰੰਟ ਬਿਊਟੀਫੁਲ ਬੈਕ, ਔਰ ਤੁਹਾਨੂੰ ਮੈਂ ਰੇਂਜ ਦਿਖਾਵਾਂਗਾ, ਤੁਸੀਂ ਬਿਲੀਵ ਨਹੀਂ ਕਰ ਪਾਓਗੇ ਕਿ ਭਾਅ ਜੀ ਇਸ ਰੇਂਜ 'ਚ ਵੀ ਡਰੈਸ ਹੋ ਸਕਦੀ ਹੈ। ਰੱਖੋ ਭਾਅ ਜੀ, ਕਿਉਂਕਿ ਇਹਦਾ ਸਟਿਚਿੰਗ ਆ ਰਹੀ 3500 ਦਾ ਸਟਿਚਿੰਗ ਆਰਟ ਦੇ ਲੱਗਦੇ ਨੇ, ਇਹ ਆਪਾਂ ਬਾਏ ਕੀਤਾ ਵਾ 6480, 6480 ਦੀ ਰੇਂਜ 'ਚ ਰੈਡੀ ਟੂ ਵੀਅਰ ਪੀਸ ਆ ਜੀ। ਐਨੀ ਸਾਈਜ਼ ਮਿਲੇਗਾ, 30 ਸਾਈਜ਼, 32, 38, 46 ਦਾ ਸਾਈਜ਼ ਰੈਡੀ ਹੋਏਗਾ ਜੀ ਇਹ 'ਚ। ਬਲੈਕ ਕਲਰ ਕੱਪੜਾ ਹੈਗਾ ਜੀ, ਜੋਰਟ ਜੀ, ਇਹ ਆਪਣਾ ਸੈਕਿੰਡ ਵਰਜ਼ਨ ਆ ਰਿਹਾ ਜੀ। ਇਹ ਡਿਜ਼ਾਈਨਰ ਪੀਸ ਯੈਲੋ ਕਲਰ 'ਚ, ਵੈਸੇ ਕਲਰ 2 ਜਾਂ 3 ਕਲਰ ਆਉਂਦੇ ਨੇ, ਜੇ ਕਿਸੇ ਨੂੰ ਡਰੈਸ ਪਸੰਦ ਹੋਵੇ ਤੁਸੀਂ ਕਲਰ ਮੇਰੇ ਵਟਸਐਪ 'ਤੇ ਕਰਕੇ ਦੇਖ ਸਕਦੇ ਹੋ। ਇਹ ਲਾਈਟ ਨਾਲ ਬ੍ਰਾਈਟ ਕਲਰ ਆਏਗਾ ਜੀ, ਯੈਲੋ ਕਲਰ ਦਾ ਪੀਸ ਆਏਗਾ, ਸਾਰਾ ਹੈਂਡ ਦਾ ਵਰਕ ਕੀਤਾ ਹੋਇਆ ਵਾ, ਨਾਲ ਬੈਲ ਬਾਜ਼ੂ ਆਉਣਗੇ ਜੀ, ਨਾਲ ਇਹ ਹਲਕਾ ਜਿਹਾ ਬੀਜੀ ਬੜਾ ਸਾਈਡਾਂ ਤੋਂ, ਤੁਸੀਂ ਇਹਨੂੰ ਕਵਰ ਕਰਨਾ, ਇਹਨੂੰ ਵੀ ਕਵਰ ਕਰ ਸਕਦੇ ਹੋ। ਯੈਲੋ ਉੱਪਰ ਬ੍ਰਾਈਟ ਆ, ਫਿਰ ਲਾਈਟ ਆ, ਫਿਰ ਬ੍ਰਾਈਟ ਆ। ਇਹ ਬੈਕ ਆਏਗੀ ਜੀ, ਜਿਨ੍ਹਾਂ ਨੇ ਆਪਣੇ ਨੰਬਰ ਬ੍ਰੌਡਕਾਸਟ 'ਚ ਐਡ ਕਰਵਾਉਣੇ ਨੇ, ਤੁਸੀਂ ਮੇਰੇ ਨੰਬਰ 'ਤੇ 8847484113 'ਤੇ ਨੰਬਰ ਭੇਜ ਸਕਦੇ ਹੋ, ਤੁਹਾਡੇ ਰੋਜ਼ ਦੀ ਅਪਡੇਟਸ ਕੀ ਨਵਾਂ ਆ ਰਿਹਾ ਵਾ, ਕੀ ਔਫਰਸ ਆ ਰਹੀਆਂ ਨੇ, ਅੱਗੇ ਫੈਸਟੀਵਲ ਸੀਜ਼ਨ ਹੈਗਾ ਵਾ, ਕਰਵਾ ਚੌਥ ਆਏਗਾ, ਜੋ ਨਵਾਂ ਆਏਗਾ ਤੁਸੀਂ ਕਰ ਸਕਦੇ ਹੋ।
ਫਿਰੋਜ਼ ਜੀ ਦੁਪੱਟਾ ਆਏਗਾ ਜੀ, ਔਰ ਰੇਂਜ ਦਿਖਾਉਣਾ, ਰੇਂਜ ਬਹੁਤ ਮਿੱਠੀ ਹੈ, ਰੇਂਜ ਹੈ ਇਹਦੀ, ਇਹ ਬਹੁਤ ਹੀ ਬਿਊਟੀਫੁਲ ਪੀਸ ਨੇ, ਸਭ ਲੇਡੀ ਸੰਗੀਤ 'ਤੇ ਵੇਅਰ ਕਰਨਾ, ਬਰਥਡੇ ਪਾਰਟੀ 'ਤੇ ਪਾਉਣਾ ਵਾ, 8240 ਓਨਲੀ 4G, ਯਾਨੀ ਕਿ 8200 ਦੀ ਰੇਂਜ 'ਚ ਤੁਹਾਨੂੰ ਪੀਸ ਮਿਲ ਰਿਹਾ, ਤੁਸੀਂ ਕਰਵਾ ਚੌਥ 'ਤੇ ਵੇਅਰ ਕਰ ਸਕਦੇ ਹੋ, ਕਿਉਂਕਿ ਬ੍ਰਾਈਟ ਕਲਰ ਮੈਚਿੰਗ ਆ, ਬਹੁਤ ਸਿੰਪਲ ਸੋਬਰ ਚੀਜ਼ਾਂ ਹੈਗੀਆਂ ਨੇ। ਲੈ ਬੜੇ ਨੈਕਸਟ ਲਿਆ, ਬੜੇ ਇੱਕ ਆਹ ਫਰਸ਼ੀ ਡਰੈਸ ਆਏਗੀ ਲੌਂਗ 'ਚ ਜੀ, ਸਾਡੀ ਸ਼ੋਪ ਦਾ ਸੁਪਰ ਡੁਪਰ ਡਿਜ਼ਾਈਨ ਆ ਜੀ ਇਹ, ਕਲਰ 2 ਆਉਂਦੇ ਨੇ, ਇੱਕ ਕੋਰਲ ਨਾਲ ਆਉਂਦਾ ਪਿਸਤਾ ਗ੍ਰੀਨ ਜੀ, ਸੈਕਿੰਡ ਜਿਹੜਾ ਕਲਰ ਆਉਂਦਾ ਇਹ 'ਚ ਪੀਚ ਨਾਲ ਪਿਸਤਾ, ਕਲਰ ਮੈਚਿੰਗ, ਵੋਕ ਸਟਾਈਲ, ਐਵਰੀਥਿੰਗ ਡਿਫਰੈਂਟ ਜੀ, ਥੋੜ੍ਹੀ ਅੱਛੇ ਡਸਸ ਲੱਗੇ ਹੋਏ ਨੇ, ਅੱਜ ਤੋਂ ਸਾਰਾ ਹੈਂਡ ਦਾ ਕੰਮ ਕੀਤਾ ਹੋਇਆ ਜੀ ਇਹਦੇ, ਔਰ ਇਹਦੇ ਬਾਜ਼ੂ ਬੜੇ ਪਿਆਰੇ ਬਣੇ ਆ, ਦੇਖੋ ਲੌਂਗ ਬਾਜ਼ੂ ਨੇ ਜੀ ਇਹਦੇ, ਆਹ ਸਾਰਾ ਬੋਰਡਰ ਹੈਵੀ ਬੋਰਡਰ ਦਾ ਵੋਕ, ਸੇਮ ਫਰੰਟ ਐਂਡ ਬੈਕ, ਬਿਊਟੀਫੁਲ ਮੈਚਿੰਗ, ਸਾਰਾ ਕਲ ਮੈਚਿੰਗ 'ਚ ਆਏਗਾ ਜੀ ਇਹਦਾ, ਜਸਟ ਅਮੇਜ਼ਿੰਗ, ਨਾਲ ਦੁਪੱਟਾ ਆਏਗਾ ਕੰਟਰਾਸਟ ਇਹਦਾ ਜੀ, ਲੌਂਗ ਡਰੈਸ ਨਾਲ ਦੁਪੱਟਾ ਆਏਗਾ ਕੰਟਰਾਸਟ ਆਏਗਾ ਜੀ ਇਹਦਾ, ਬੜੇ ਰੇਂਜ ਦੱਸੋ ਕੀ ਹੈ ਜੀ, ਇਹ ਵੀ ਸਾਰੇ ਫੈਬਰਿਕ ਪਿਓਰ ਨੇ, ਜੋੜਾ ਜੀ ਇਹ ਫਸਟ ਟਾਈਮ ਡਰੈਕਲੀ ਕਰਾਉਣਾ ਪਏਗਾ, ਫਿਰ ਇਜ਼ੀ ਵਾਲਾ 'ਚ ਵਾਸ਼ ਹੋਏਗਾ, 12,910 ਦੀ ਰੇਂਜ ਲਾਂਚ ਕੀਤਾ, ਮੇਰੇ ਕੋਲ ਦਿਖਾਊਂਗਾ ਤੁਹਾਨੂੰ ਸੇਮ ਲਾਸਟ ਟਾਈਮ ਹੈ, ਮੇਰੇ ਕੋਲ ਸੇਮ ਡਰੈਸ ਪਈ ਹੈ ਸੱਭਿਆ ਸਾਥੀ ਦੀ, ਜਿਹਦੀ ਰੇਂਜ 38 ਆ, 38 ਤੋਂ ਅਸੀਂ ਕਨਵਰਟ ਕਰਵਾਇਆ 12,910, ਇੱਕ ਇਸ ਤੋਂ ਦਿਖਾ ਰਿਹਾ ਜਿਵੇਂ ਆਪਾਂ ਤੁਸੀਂ ਟਰੂਜ਼ੋ ਵਾਸਤੇ ਬਣਾਉਣਾ ਚਾਹੁੰਦੇ ਹੋ, ਲੜਕੀ ਦੀ ਮੈਰਿਜ ਹੈਗੀ ਆ, ਆਪਾਂ ਕਿਸੇ ਨੂੰ ਮੈਰਿਜ 'ਤੇ ਗਿਫਟ ਕਰਨੇ ਨੇ ਕਿ ਆਪਾਂ ਲੱਗਦਾ ਕਿ ਉਹਨਾਂ ਕੋਲ ਬਹੁਤ ਹੈਵੀ ਸੂਟ ਦੋਗੇ, ਇਹ ਲਾਈਟ ਵੇਟ ਡਿਜ਼ਾਈਨਰ ਸੂਟ ਹੈਗਾ ਵਾ, ਸਾਰਾ ਸਿਲਕ ਹੈ, ਪੰਜਾਬ ਵਾਲੀ ਸਿਲਕ ਬੋਲਦੇ ਨੇ, ਪਹਿਲਾਂ ਸਾੜੀਆਂ ਆਉਂਦੀਆਂ ਸੀਗੀਆਂ, ਇਹ ਹੁਣ ਲਾਂਚ ਕੀਤੀਆਂ ਨੇ, ਆਹ ਸਾਰੇ ਕਲੀਆਂ ਨੇ, ਅਤੇ ਸਾਰਾ ਪ੍ਰਿੰਟਿੰਗ ਸਟਾਈਲ 'ਚ ਬਣਿਆ ਹੋਇਆ ਵਾ, ਸਾਰਾ ਮਸਟਰਡ ਨਾਲ ਹੋਟ ਪਿੰਕ ਐਂਡ ਬੋਰਡਰ ਗ੍ਰੀਨ ਦਾ ਕੰਟਰਾਸਟ ਹੈਗਾ ਜੀ, ਇਸ ਤਰ੍ਹਾਂ ਫਰੰਟ ਬੈਕ ਬਣੀ ਹੋਈ ਹੈ, ਔਰ ਦੁਪੱਟਾ ਆਏਗਾ ਬਨਾਰਸੀ ਦੁਪੱਟਾ ਆਏਗਾ ਜੀ ਇਹ, ਲਬੜੇ ਬਲਿਓ, ਜਿਨ੍ਹਾਂ ਨੇ ਲਾਈਟ ਵੇਟ ਡਰੈਸਿਸ ਵੇਅਰ ਕਰਨੀਆਂ ਨੇ ਜਾਂ ਟਰੂਜ਼ੋ ਵਾਸਤੇ ਬਣਾਉਣੀਆਂ ਨੇ, ਉਹਨਾਂ ਵਾਸਤੇ ਬਹੁਤ ਹੀ ਬਿਊਟੀਫੁਲ ਆ ਜੀ, ਤੁਸੀਂ ਕਰਵਾ ਚੌਥ ਵਾਸਤੇ ਵੀ ਵੇਅਰ ਕਰ ਸਕਦੇ ਹੋ ਡਰੈਸ ਲਈ, ਕਿਉਂਕਿ ਇਹ 'ਚ ਸਿੰਪਲ ਸੋਬਰ ਔਰ ਡੈਲੀਕੇਟ ਸਟਾਈਲ ਆ ਜੀ। ਆਈਟਮ ਨੰਬਰ 5 ਆ ਜੀ, 10,610, ਸਿਰਫ 10 ਦੀ ਰੇਂਜ ਲਾਂਚ ਕੀਤੀ ਹੈ ਜੀ, ਰੈਡੀ ਟੂ ਵੇਅਰ, ਵਿਦ ਸਲੀਵਸ ਹੈਗੇ ਨਾਲ, ਸਭ ਰੈਡੀ ਹੋ ਜਾਏਗਾ ਜੀ ਇਹ। ਜਿਹੜੇ ਕਸਟਮਰ ਲੁਧਿਆਣੇ 'ਚ ਲੈ ਕੇ ਸਾਡੇ ਕੋਲ ਵਿਜਿਟ ਨਹੀਂ ਕੀਤੀ ਹਜੇ ਤੱਕ, ਉਹ ਪਲੀਜ਼ ਤੁਸੀਂ ਇੱਕ ਵਾਰੀ ਆਓ, ਇੱਕ ਵਾਰੀ ਵਿਜਿਟ ਕਰਕੇ ਜਾਓ, ਤੁਹਾਨੂੰ ਵਰਾਇਟੀ ਮਿਲੇਗੀ ਸਭ ਤੋਂ ਸਮਥਿੰਗ ਡਿਫਰੈਂਟ, ਕਿਉਂਕਿ ਆਪਣੇ ਖੁਦ ਦੇ ਡਿਜ਼ਾਈਨਰ ਰੱਖੇ ਹੋਏ ਨੇ ਅਸੀਂ, ਸਾਡਾ ਸਾਰਾ ਸਟਿਚਿੰਗ ਦਾ ਵੀ ਖਾਸ ਪ੍ਰਬੰਧ ਆ, ਸਾਰਾ ਇਨ ਹਾਊਸ ਕੰਮ ਹੁੰਦਾ ਜੀ। ਅਤੇ ਕਹਾ ਦੇਖੋ ਜੀ, ਇੰਡੋ ਵੈਸਟਰਨ ਸਟਾਈਲ, ਤੁਸੀਂ ਕਹੋਗੇ ਕਿ ਹਾਂਜੀ ਬਾਜੀ ਅਲਟੀਮੇਟ ਡਰੈਸ ਆ, ਰੇਂਜ ਦੇ ਅਕੋਰਡਿੰਗ ਜੀ, ਸਾਰਾ ਥਰੈਡ ਦਾ ਕੰਮ ਆ ਜੀ, ਫੁੱਲ ਬਾਜ਼ੂ ਦੇ ਵਾਕ ਕੀਤਾ ਹੋਇਆ ਵਾ, ਠੀਕ ਹੈ ਜੀ। ਜਦੋਂ ਤੁਸੀਂ ਵਾਕ ਕਰੋਗੇ ਸੈਂਟਰ ਕੱਟ ਇਸ ਤਰ੍ਹਾਂ ਓਪਨ ਹੋਏਗਾ, ਲੱਗੇਗਾ ਨੀਚੇ ਲਹਿੰਗਾ ਪਾਇਆ ਵਾ, ਬਟ ਕੀ ਹੈ ਲੌਂਗ ਡਰੈਸ ਆ, ਇਹਨੂੰ ਬੋਲਦੇ ਨੇ ਇੰਡੋ ਵੈਸਟਰਨ ਸਟਾਈਲ ਜੀ। ਆਹ ਦੇਖੋ, ਫੁੱਲ ਫਰੰਟ ਐਂਡ ਬੈਕ, ਐਵਰੀਥਿੰਗ ਡਿਫਰੈਂਟ ਜੀ। ਆ ਲਓ ਜੀ, 11,540 ਜੀ, ਫੁੱਲ ਲੁੱਕ ਹੈਵੀ ਬੈਗ, ਬੜੇ ਬੈਕ ਮਾ, ਆਹ ਦੇਖੋ ਜੀ, ਫੁੱਲ ਹੈਵੀ ਵਾਕ ਆ ਜੀ, ਸਾਡਾ ਹੈਂਡ ਦਾ ਕੰਮ ਕੀਤਾ, ਸਿਰਫ 11 ਦਿਖਾ ਦਿੰਦੇ ਬੈਕ, ਆਹ ਸਾਰਾ ਬੈਕ ਆਏਗਾ ਜੀ, ਫੁੱਲ ਸਾਰਾ ਥਰੈਡ ਦਾ, ਅਤੇ ਵਾਕ ਜਰਕਨ ਦਾ ਵਾਕ ਕੀਤਾ ਹੋਇਆ, ਨੋਟਸ ਨਾਲ ਕੰਮ ਸਿਲਿਆ ਹੋਇਆ ਵਾ, ਇਹ ਫੁੱਲ ਹੈਵੀ ਬੈਕ ਆ ਜੀ, ਸਿਰਫ 11,000 ਦੀ ਰੇਂਜ, ਹੋਮ ਫਰੰਟ ਕਰ, ਚਲੋ ਨੈਕਸਟ ਕਰੋ, ਪਲੀਜ਼ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ, ਵੀਡੀਓ ਸ਼ੇਅਰ ਕਰਨਾ ਬੜਾ ਅੱਛਾ ਫੀਲ ਹੁੰਦਾ ਵਾ, ਕਿ ਹਾਂ ਸਾਡੇ ਵੀਡੀਓ ਇੰਨੇ ਵਿਊਜ਼ ਹੋ ਗਏ, ਸਾਡੇ ਇੰਨੇ ਪੀਸ ਸੇਲ ਹੋ ਗਏ, ਕੱਲ੍ਹ ਸੇਲਸ ਨਹੀਂ ਹੁੰਦੀ, ਜਦੋਂ ਕਸਟਮਰ ਕਹਿੰਦਾ ਨਾ ਕਿ ਹਾਂਜੀ ਤੁਹਾਡਾ, ਅਸੀਂ ਨਾਗਪੁਰ ਤੋਂ ਆਏ, ਹੁਣ 3-4 ਐਕਸੀਡੈਂਟ ਆਪਣਾ ਹੋਏ ਨੇ ਆਪਣੇ ਜਿਹੜੇ ਕਿ ਜਿਹੜੇ ਕਸਟਮਰ ਸਾਡੇ ਬੁਰੋਂ, ਕੋਈ ਪੂਨੇ ਦਾ ਕਸਟਮਰ ਆਇਆ ਜਿਹੜਾ ਬ੍ਰਾਈਡਲ ਲਹਿੰਗਾ ਫਾਈਨਲ ਕਰਕੇ ਗਿਆ ਹੋਟ ਪਿੰਕ ਕਲਰ 'ਚ, ਜਾਂ ਕੋਈ ਕਸਟਮਰ ਆਇਆ ਨਾਗਪੁਰ ਤੋਂ ਆਇਆ ਵਾ, ਉਹਨਾਂ ਨੇ ਲਹਿੰਗਾ ਫਾਈਨਲ ਕੀਤਾ, ਯਾਨੀ ਕਿ ਇਹ ਮਜ਼ਾ ਆਉਂਦਾ ਕਿ ਹਾਂ ਡੇ ਯਾਰ ਕਸਟਮਰ ਨਾਲ ਪਿਆਰ ਆ, ਉਹ ਵੀਡੀਓ ਸ਼ੇਅਰ ਕਰਦੇ ਨੇ ਵੱਧ ਤੋਂ ਵੱਧ। ਇੱਕ ਆਹ ਦੇਖੋ, ਮਿੰਟ ਗ੍ਰੀਨ ਕਲਰ 'ਚ ਹੈਗਾ, ਲਾਈਟ ਪਿਸਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਆਹ ਸਾਰਾ ਕੰਮ ਦੇਖੋ ਟੋਨ ਟੂ ਟੋਨ ਵਾਕ ਕੀਤਾ ਹੋਇਆ ਵਾ, ਟੋਟਲੀ ਸੈਲਫ ਮੈਚਿੰਗ 'ਚ, ਬਿਊਟੀਫੁਲ ਵਾਕ ਆ ਜੀ ਇਹ, ਫੁੱਲ ਫਰੰਟ ਫੁੱਲ ਬੈਕ, ਯਾਨੀ ਕਿ ਇਹ ਚੀਜ਼ਾਂ ਇੱਦਾਂ ਦੀਆਂ ਨੇ ਕਿ ਲੱਗਣਗੀਆਂ ਹੈਵੀ ਨੇ, ਬਟ ਇਹਨਾਂ ਦੀ ਲੁੱਕ ਹੈਵੀ ਹੁੰਦੀ ਹੈ ਔਰ ਵੇਟਲੈਸ ਹੁੰਦੀਆਂ ਨੇ, ਬੈਕ ਕਰਾਉਣ ਦਾ ਫੁੱਲ ਬਾਜ਼ੂ ਦੇ ਵੀ ਕੰਮ ਕੀਤਾ ਹੋਇਆ ਵਾ, ਆਹ ਦੇਖੋ ਜੀ, ਫੁੱਲ ਫਰੰਟ ਐਂਡ ਬੈਕ, ਔਰ ਬਹੁਤ ਅੱਛੀ ਕਲੀਆਂ ਨੇ ਇਹਦੀਆਂ, 14-16 ਕਲੀਆਂ ਬਣੀਆਂ ਹੋਈਆਂ ਨੇ, ਔਰ ਦੁਪੱਟਾ ਖਾਓ ਬਟੇ, ਹਲੋ ਜੀ, ਦੁਪੱਟਾ ਵੀ ਆਏਗਾ ਬਹੁਤ ਸੋਹਣਾ, ਨੈੱਟ ਦਾ ਦੁਪੱਟਾ ਹੈਗਾ ਵਾ, ਹਲਕਾ ਕਿੰਗਰੀ ਬੋਰਡਰ ਬਣਿਆ ਸਿਸਟਰ ਨਾਲੇ 'ਤੇ, ਬੜੇ ਰੇਂਜ ਦਿਖਾਓ, ਇਹ ਰੇਂਜ ਆਈ ਹੈ 7 ਨੰਬਰ ਆਈਟਮ ਆ, 15,910, ਕਿਸੇ ਨੇ ਵੀ ਪੀਸ ਬਾਏ ਕਰਨਾ ਹੋਵੇ ਤੁਸੀਂ ਸਕਰੀਨ ਸ਼ੋਟ ਲੈ ਸਕਦੇ ਹੋ, ਕਿਉਂਕਿ 3-4 ਵੀਡੀਓ ਪਈ ਹੁੰਦੀ ਕਲੀਅਰ ਕਨਫਿਊਜ਼ਿੰਗ ਹੋ ਜਾਂਦੀ ਕਸਟਮਰ ਨਾਲ, ਤੁਸੀਂ ਆਪਣਾ ਸਕਰੀਨ ਸ਼ੋਟ ਲੈ ਕੇ ਸਾਡੇ ਨੰਬਰ ਵਟਸਐਪ 'ਤੇ ਕਰਕੇ ਤੁਸੀਂ ਆਪਣਾ ਕਨਫਰਮ ਆਪਣਾ ਔਡਰ ਕਰ ਸਕਦੇ ਹੋ। ਸ਼ਿਪਿੰਗ ਆਪਾਂ DHL ਤੋਂ ਕਰਦੇ ਹਾਂ, ਫੈਡਕਸ ਕਰਦੇ ਹਾਂ, ਜਿਨ੍ਹਾਂ ਨੂੰ ਥੋੜ੍ਹਾ ਫਾਸਟ ਹੁੰਦਾ ਵਾ। ਹਾਂ ਹਲੋ ਜੀ,
ਉਹ ਸੈਲਫ ਮੈਚਿੰਗ ਜਿਵੇਂ ਡਾਰਕ ਕਲਰ ਜਾ ਕੇ ਵਿੰਟਰ ਆ ਰਹੀ ਆ ਅਤੇ ਕਿਸਮ ਕਹਿੰਦੇ ਡਾਰਕ ਕਲਰਸ ਵੇਅਰ ਕਰਨੇ ਨੇ ਚੈਰੀ ਮੈਰੂਨ ਸਾਰਾ ਚੈਰੀ ਮੈਰੂਨ 'ਚ ਆਏਗਾ ਜੀ ਟੋਨ ਟੂ ਟੋਨ ਵਾਕ ਕੀਤਾ ਹੋਇਆ ਜੀ ਇਹਦਾ ਬਿਊਟੀਫੁਲ ਪੀਸ ਹੈ ਜੀ ਇਹਦੀ ਵਾਕਮੈਨਸ਼ਿਪ ਦੇਖੋ ਸਾਰਾ ਐਂਕਰ ਦਾ ਕੰਮ ਆ ਸਿੰਗਲ ਸੂਈ ਦਾ ਵਾਕ ਕੀਤਾ ਹੋਇਆ ਵਾ ਸੇਮ ਫਰੰਟ ਬੈਕਰੀ ਫੁੱਲ ਬਾਜੂ ਦੇ ਕੰਮ ਇਹਦਾ ਫੁੱਲ ਬੈਕ ਜੀ ਇਹਦੀ ਸਾਰਾ ਬਰੀਕ ਕੰਮ ਕੀਤਾ ਹੋਇਆ ਵਾ ਬੜਾ ਖਾਬੜੇ ਜਿਹੜਾ ਦੁਪੱਟਾ ਹੈਗਾ ਫੋਰ ਸਾਈਡ ਬੋਰਡਰ ਆ ਦੀਦੀ ਕਿ ਬਹੁਤ ਕਸਟਮਰ ਦੀ ਡਿਮਾਂਡ ਹੁੰਦੀ ਚੈਰੀ ਮੈਰੂਨ ਕਲਰ ਦੀ ਡਿਮਾਂਡ ਹੁੰਦੀ ਹੈ ਪਰ ਨਹੀਂ ਮਿਲ ਪਾਉਂਦਾ ਇਹ ਬਾਈ ਚਾਂਸ ਕਲਰ ਆਇਆ ਹੋਇਆ ਵਾ 2-3 ਪੀਸ ਨੇ ਬਹੁਤ ਲਿਮਿਟਡ ਸਟੋਕ ਹੈ ਇਹ 'ਚ 8 ਨੰਬਰ ਆਈਟਮ ਆ ਸਿਰਫ 14,340 ਦੀ ਰੈਡੀ ਟੂ ਵੇਅਰ ਪੀਸ ਆ ਤੁਸੀਂ ਟਰੂਜ਼ੋ ਵਾਸਤੇ ਬਣਾ ਸਕਦੇ ਹੋ ਅੱਗੇ ਨੈਕਸਟ ਕਰਵਾ ਚੌਥ ਤਾਂ ਤੁਸੀਂ ਵੇਅਰ ਕਰ ਸਕਦੇ ਹੋ ਦਿਵਾਲੀ ਵੀ ਹੈਗੀ ਆ ਇੱਕ ਆਹ ਤੁਸੀਂ ਪੀਸ ਦੇਖਿਆ ਹੋਏਗਾ ਆਪਾਂ ਲਾਸਟ ਤੋਂ ਲਾਸਟ ਵੀਡੀਓ 'ਚ ਪਾਇਆ ਸੀਗਾ ਉਹਦੀ ਰੇਂਜ ਬਹੁਤ ਕੋਸਟਲੀ ਸੀਗੀ ਇਹ ਜਿਹੜਾ ਆਪਾਂ ਰੈਡੀ ਕਰਵਾਇਆ ਜੀ ਪੀਸ ਬੋਰਡਰ ਗ੍ਰੀਨ ਕਲਰ 'ਚ ਔਫ ਇਸ ਤਰ੍ਹਾਂ ਔਫ ਸ਼ੋਲਡਰ ਬਣੇ ਹੋਏ ਨੇ ਇਹ ਆਪਾਂ ਰੈਡੀ ਕਰਵਾਇਆ ਜੀ ਪੀਸ ਆਹ ਦੇਖੋ ਕਿੰਨਾ ਪਿਆਰਾ ਪੀਸ ਆ ਸਾਰਾ ਬੋਰਡਰ ਉੱਪਰ ਬੋਰਡਿੰਗ ਦਾ ਵਰਕ ਕੀਤਾ ਹੋਇਆ ਇਸ ਤਰ੍ਹਾਂ ਹੀ ਫਰੰਟ ਆ ਇਸ ਤਰ੍ਹਾਂ ਹੀ ਬੈਕ ਆ ਜੀ ਇਹਦੀ ਉਦੋਂ ਰੇਂਜ ਇਹਦੀ ਸੀਗੀ 16,000 ਦੀ ਰੇਂਜ ਇਹ ਆਪਾਂ ਲੈਸ ਕਰਕੇ ਲਿੱਤਾ ਵਾ ਡਿਜ਼ਾਈਨਰ ਕੋਲੋਂ ਇਹ 'ਚ ਕਲਰ ਤੁਹਾਨੂੰ ਮੈਰੂਨ ਹੀ ਆਹ ਕਲਰ ਹੀ ਮਿਲ ਜਾਏਗਾ ਮੈਰੂਨ ਅਤੇ ਇੱਕ ਆਹ ਬੋਰਡਰ ਗ੍ਰੀਨ ਹੈਗਾ ਵਾ ਦੇਖੋ ਬਟੇ 9 ਨੰਬਰ ਆਈਟਮ ਆ ਜੀ 9890 ਰੇਂਜ ਹੈਗਾ 9 ਨੰਬਰ ਆਈਟਮ ਆ ਜੀ ਇਹਨਾਂ ਨੇ 9890 ਰੇਂਜ 'ਚ ਆਈਟਮ ਆਏਗੀ ਜੀ ਮਾਟਰ ਦੇਖੋ ਮੈਨੂੰ ਤਾਂ ਕੋਈ ਦੋਰੀ ਕੋਈ ਮਰਜ਼ੀ ਵੱਜੀ ਆਓ ਇੱਕ ਆ ਦੇਖੋ ਜੀ ਵਾਈਨ ਨਾਲ ਬਲੈਕ ਦਾ ਕੰਟਰਾਸਟ ਆਇਆ ਵਾ ਆਹ ਨੀਚੇ ਸਕਰਟ ਬਣੀ ਹੋਈ ਆ ਵਾਈਨ ਕਲਰ ਬਣੀ ਸਕਰਟ ਬਣੀ ਹੋਈ ਆ ਇਹਦੇ ਉੱਪਰ ਬਲੈਕ ਕਲਰ ਦਾ ਇੰਡੋ ਵੈਸਟਰਨ ਆਏਗਾ ਜੀ ਔਰ ਕੁਛ ਡਿਫਰੈਂਟ ਇਧਰ ਕਰਨਾ ਫਸਟ ਟਾਈਮ ਇੰਟਰੋਡਿਊਸ ਹੋਇਆ ਜੀ ਬਲੈਕ ਨਾਲ ਵਾਈਨ ਦੋਨੇ ਡਾਰਕ ਕਲਰ ਦਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਵਾ ਔਰ ਪਿਓਰ ਜੋੜ ਦੇ ਪੀਸ ਬਣਿਆ ਹੋਇਆ ਵਾ ਤੁਸੀਂ ਅਗਰ ਨਹੀਂ ਜਾਣਾ ਚਾਹੁੰਦੇ ਤਾਂ ਨੀਚੇ ਤੁਸੀਂ ਹਰ ਗਰਲਸ ਕੋ ਹਰ ਲੇਡੀਜ਼ ਕੋ ਇੱਕ ਬਲੈਕ ਕਲਰ ਦੀ ਪੈਂਟ ਐਕਸਟਰਾ ਹੁੰਦੀ ਆ ਬੜੇ ਬੈਕਰ ਇਹਦੀ ਤੁਸੀਂ ਬਲੈਕ ਇੱਕ ਐਕਸਟਰਾ ਪੈਂਟ ਨਾਲ ਵੇਅਰ ਕਰ ਸਕਦੇ ਹੋ ਅਤੇ ਕਦੀ ਸਕਰਟ ਨਾ ਪਾ ਲਿਆ ਕਦੀ ਉਹ ਨਾ ਪਾ ਲਿਆ ਬਟਾ ਦਿਖਾਓ ਬੜੇ ਲਿਆਓ ਪ੍ਰਾਈਜ਼ ਲਿਆਓ ਇਹਦਾ ਦੁਪੱਟਾ ਵੀ ਸ਼ਿਫੋਨ ਦਾ ਆਏਗਾ ਜੀ ਇਹਦੇ ਬਲੈਕ ਨਾਲ ਵਾਈਟ ਕੰਟਰਾਸਟ ਹੈਗਾ ਵਾ ਹਲੋ 10 ਨੰਬਰ ਆਈਟਮ ਆ ਜੀ 11,450 ਓਨਲੀ ਫੋਰ ਯਾਨੀ ਕਿ 11,450 ਫੁੱਲ ਹੈਵੀ ਫਰੰਟ ਬੈਕ ਨਾਲ ਸਕਰਟ ਨਾਲ ਦੁਪੱਟਾ ਅਲਟੀਮੇਟ ਲੁੱਕ ਆ ਜੀ ਬਲੈਕ ਨਾਲ ਵਾਈਨ ਦਾ ਕੰਟਰਾਸਟ ਆ ਜੀ ਇਹ ਲਿਆਓ ਡੈ ਨੈਕਸਟ ਲਿਆਓ ਇਹ ਕੱਢ ਬਲਿਆ ਹੁਣ ਸਿਸਟਰ 10 ਪੀਸ ਹੋ ਗਏ ਸੀ ਆਪਣੇ ਲੌਂਗ ਡਰੈਸਾਂ ਜੀ ਇੱਕ ਦੁਬਾਰਾ ਜਿਹੜੇ ਨੰਬਰ ਸਾਡੇ ਕਸਟਮਰ ਨਵੇਂ ਨੇ ਜਿਹੜੇ ਨਵੇਂ ਜੁੜਨਾ ਚਾਹੁੰਦੇ ਸਾਡੇ ਨਾਲ ਚਾਹੁੰਦੇ ਨੇ ਉਹਨਾਂ ਵਾਸਤੇ ਦੁਬਾਰਾ ਦਿਖਾ ਦਈਏ ਵਟਸਐਪ ਨੰਬਰ ਨੇ 8848741443 ਸੰਦੀਪ ਮੇਰਾ ਨੰਬਰ ਹੈ ਜੀ ਕਿਸੇ ਨੇ ਵੀ ਬ੍ਰੋਡਕਾਸਟ ਨੰਬਰ ਆਪਣਾ ਐਡ ਕਰਾਉਣਾ ਹੋਵੇ ਤੁਸੀਂ ਨੰਬਰ ਸੇਵ ਕਰਕੇ ਮੈਨੂੰ SMS ਕਰ ਸਕਦੇ ਹੋ ਸਾਡੇ ਫੇਸਬੁੱਕ ਪੇਜ 'ਤੇ ਛੱਡ ਸਕਦੇ ਹੋ ਅਤੇ ਕੋਈ ਨੋਮੀ ਆਪਣੇ ਚਾਹੀਦੇ ਹੋ ਕੋਈ ਔਫਰਸ ਬਾਰੇ ਪੁੱਛਣਾ ਵਾ ਅੱਗੇ ਫੈਕਸੀਬਲ ਸੀਜ਼ਨ ਹੈਗੀ ਵਰਾਇਟੀ ਦੀ ਬਹੁਤ ਅੱਛੀ ਹੋਈ ਹੈ ਜਿਹੜੇ ਕਸਟਮਰ ਨੇ ਸਾਡੇ ਦੁਕਾਨ 'ਤੇ ਵਿਜ਼ਿਟ ਨਹੀਂ ਕੀਤੀ ਪਲੀਜ਼ ਲੋਕਾਂ ਨੇ ਕੋਈ ਵਿਜ਼ਿਟ ਕਰਕੇ ਜਾਓ ਸਟਾਰਟਿੰਗ ਆਪਣੇ ਕੋਲ ਸੂਟ ਹੋ ਜਾਂਦਾ 700 ਰੁਪਏ ਤੋਂ ਜੀ ਆਹ ਲਓ ਜੀ ਇੱਕ ਪਾਕਿਸਤਾਨੀ ਗਰਾਰਾ ਆਏਗਾ ਜੀ ਉੱਪਰ ਬੈਲਟ ਦੇ ਉੱਪਰ ਵਰਕ ਕੀਤਾ ਹੋਇਆ ਵਾ ਪੂਰੇ ਚੁਨਟਸ ਬਣੇ ਹੋਏ ਨੇ ਸਾਰਾ ਇਸ਼ਾਰੇ ਦੇ ਉੱਪਰ ਵਰਕ ਕੀਤਾ ਆ ਔਰ ਇਹਦਾ ਫਲੇਅਰ ਜਿਹੜਾ ਹੈਗਾ ਵਾ 80 ਪੁਆਇੰਟ 'ਚ ਫਲੇਅਰ ਹੁੰਦਾ ਜੀ ਇਹਦਾ ਯਾਨੀ ਕਿ ਪਹਿਲਾਂ 60 ਆਉਂਦਾ ਸੀ ਹੁਣ 80 ਕਰਵਾਇਆ ਵਾ ਥੋੜ੍ਹਾ ਫਲੇਅਰ ਵਧਵਾਇਆ ਜੀ ਇਹਦਾ ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ ਵੀਡੀਓ ਕੱਲ੍ਹ ਪਾਵਾਂਗੇ ਲਹਿੰਗੇ ਚੋਲੀ ਦੀ ਜੀ ਜਾਂ ਉੱਪਰ ਸ਼ਰਟ ਲਿਆਓ ਆ ਲਓ ਜੀ ਆਏਗੀ ਸ਼ਰਟ ਉੱਪਰ ਇਹਦੀ ਪੈਪਲਮ ਸਟਾਈਲ ਆ ਨਾਲ ਇੰਡੋ ਵੈਸਟਰਨ ਆ ਸੈਂਟਰ ਕੱਟ ਓਪਨ ਹੋਏਗਾ ਤੁਸੀਂ ਇਹਨੂੰ ਉਸ ਤੋਂ ਇਲਾਵਾ ਆਪਣਾ ਕਦੀ ਵੀ ਟਰਾਊਜ਼ਰ ਨਾਲ ਜਾਂ ਪਜਾਮੀ ਨਾਲ ਵੇਅਰ ਕਰ ਸਕਦੇ ਹੋ ਬੜੇ ਬੈਕ ਕਰਿਓ ਇਸ ਤਰ੍ਹਾਂ ਹੀ ਫਰੰਟ ਆ ਜੀ ਇਸ ਤਰ੍ਹਾਂ ਹੀ ਬੈਕ ਆ ਇਹ ਜਾਨੀ ਇਹਦਾ ਕਲਰ ਹੈਗਾ ਮਿੰਟ ਗ੍ਰੀਨ ਨਾਲ ਪਿੰਕ ਦਾ ਕੰਟਰਾਸਟ ਆ ਹਲੋ ਜੀ ਨਾਲ ਸ਼ਿਫੋਨ ਦਾ ਦੁਪੱਟਾ ਫਰੰਟ ਕਰੋ ਭਾਜੀ ਨਾਲ ਜਿਹੜਾ ਦੁਪੱਟਾ ਆਏਗਾ ਜੀ ਉਹ ਆਏਗਾ ਇਸ ਤਰ੍ਹਾਂ ਆਏਗਾ ਜੀ ਜਿਹੜਾ ਪ੍ਰਾਈਜ਼ ਦਿਖਾਓ ਪ੍ਰਾਈਜ਼ ਟੈਗ ਆਹ ਦੇਖੋ ਨਜ਼ਦੀਕ ਦਿਖਾਉਣਾ ਵਾਕਮੈਨਸ਼ਿਪ ਬਹੁਤ ਸੋਹਣਾ ਪੀਸ ਬਣਿਆ ਹੋਇਆ ਅੱਛਾ ਇਹ ਆਈਟਮ ਨੰਬਰ 11 ਵਾ ਜੀ ਇਹ 10,715 ਜੀ 10 ਦੀ ਰੇਂਜ ਹੈਗਾ 10,715 ਬਹੁਤ ਸੋਹਣਾ ਪੀਸ ਹੈ ਜੀ ਲਿਆਓ ਨੈਕਸਟ ਲਿਆਓ ਇਹ ਸਭ ਚੀਜ਼ਾਂ ਨੇ ਵਾਸ਼ੇਬਲ ਨੇ ਫਸਟ ਟਾਈਮ ਟਰੈਕਲਿੰਗ ਰਾਓ ਫਿਰ ਈਜ਼ੀ ਟੂ ਵੇਅਰ ਕਰੋ ਜੀ ਇੱਕ ਆ ਬਨਾਰਸੀ ਸ਼ਾਰਾ ਹੈਗਾ ਕਲੀਆਂ ਵਾਲਾ ਜੀ ਇਹਦਾ ਬਹੁਤ ਫਲੇਅਰ ਨਹੀਂ ਹੁੰਦਾ ਜਿਹਨੂੰ ਪਲਾਜ਼ੋ ਵੀ ਕਹਿ ਸਕਦੇ ਹੋ ਇਹ ਸਾਰਾ ਵੀਵਿੰਗ ਸਟਾਈਲ 'ਚ ਹੁੰਦਾ ਜੀ ਇਹਦੇ ਉੱਪਰ ਲੌਂਗ ਸ਼ਰਟ ਆਏਗੀ ਜੋੜ ਦੀ ਹੋ ਬਈਏ ਹਲੋ ਜੀ ਫੁੱਲ ਲੌਂਗ ਸ਼ਰਟ ਆਏਗੀ ਗੋਟਾ ਪੱਤੀ ਪੋਲ ਦੀ ਇਹ ਸਾਰਾ ਇਹਦਾ ਹੈਂਡ ਦਾ ਕੰਮ ਕੀਤਾ ਹੋਇਆ ਜੀ ਇਹਦੇ ਇਹਦਾ ਫੁੱਲ ਬਾਜ਼ੂ ਹੈਗੇ ਨੇ ਜੀ ਇਹਦੇ ਆਹ ਸਾਰੀ ਵਾਕਮੈਨਸ਼ਿਪ ਡਿਫਰੈਂਟ ਹੈਗੀ ਹੈ ਜੀ ਹਲੋ ਇਹ ਫਰੋਜ਼ੀ ਜਿਹੜਾ ਪਿਓਰ ਦਾ ਕਲਰ ਆ ਫਰੋਜ਼ੀ ਬਣਿਆ ਹੋਇਆ ਜੀ
ਨਾਲ ਦੁਪੱਟਾ ਹੈਗਾ ਸ਼ਿਫੋਨ ਦਾ ਪਿਓਰ ਦਾ, ਗੋਟਾ ਪੱਤੀ ਦੀ ਬੂਟੀ ਹੈ, ਨਾਲ ਪਾਈਪਿੰਗ ਲੱਗੀ ਹੋਈ ਹੈ ਜੀ। ਯਾਨੀ ਕਿ ਰੈਡੀ ਟੂ ਵੇਅਰ ਪੀਸਿਸ ਹੈਗੇ ਨੇ ਇਹ। ਤੁਸੀਂ ਫਿਰ ਆਪਣਾ ਸਾਈਜ਼ ਭੇਜਣਾ, ਚੈਸਟ, ਵੇਸਟ, ਹਿਪ, ਤੁਹਾਡੀ ਹਾਈਟ ਕਿੰਨੀ ਹੈਗੀ ਆ, ਉਹਦੇ ਅਕੋਰਡਿੰਗ ਤੁਹਾਨੂੰ ਅਸੀਂ ਫ੍ਰੀ ਓਫ ਕੋਸਟ ਕਰਾ ਕੇ ਦੇਵਾਂਗੇ। ਜਿਹੜੇ ਦੁਪੱਟੇ ਦੇ ਉੱਪਰ ਟਸਸ ਲੱਗਣਗੇ ਉਹਦੇ 525, 21 ਰੁਪਈਆ, 2100, ਉਹ ਅਲੱਗ ਅਲੱਗ ਚੀਜ਼ਾਂ ਆਉਂਦੀਆਂ ਨੇ। ਤੁਸੀਂ ਸਾਨੂੰ ਤੁਹਾਨੂੰ ਸੈਂਪਲਸ ਭੇਜ ਸਕਦੇ ਹਾਂ। ਇਹ 12 ਨੰਬਰ ਆਈਟਮ ਆ ਜੀ, 13,140 ਜੀ, 13 ਦੀ ਰੇਂਜ 'ਚ ਲੌਂਚ ਹੋਇਆ ਪਿਓਰ ਦਾ ਗੋਟਾ ਪੱਤੀ ਦਾ ਪੀਸ ਜੀ। ਇਹ ਬਹੁਤ ਅੱਛੀ ਰਿਕੁਆਇਰਮੈਂਟ ਹੈਗੀ ਆ, ਬਹੁਤ ਅੱਛੀਆਂ ਚੀਜ਼ਾਂ ਹੈਗੀਆਂ ਨੇ। ਕਿਸੇ ਨੇ ਵੀ ਆਪਣੇ ਵੀਡੀਓ ਕਾਲ 'ਤੇ ਪੀਸ ਕੋਲ ਕਰਨੀ ਹੋਵੇ ਤੁਸੀਂ ਕਰਕੇ ਟਾਈਮ ਕਰਕੇ ਆਪਾਂ ਕਰ ਸਕਦੇ ਹਾਂ। ਇੱਕ ਆ ਪਾਕਿਸਤਾਨੀ ਚੀਜ਼ਾਂ ਨੇ ਜੀ, ਇੱਕ ਵਾਰੀ ਸਾਰੇ ਯਾਨੀ ਬਹੁਤ ਗੌਰ ਨਾਲ ਦੇਖਿਓ। ਇਹ ਸੀਜ਼ਨ 17-18 ਆਦਿ ਰੇਂਜ ਸੀਗੀਆਂ, ਇਹਨੂੰ ਲਾਈਟ ਰੇਂਜ ਕਨਵਰਟ ਕਰਵਾਇਆ ਵਾ। ਇਹ 3 ਲੇਅਰ ਬਣੇ ਹੋਏ ਨੇ ਫ੍ਰਿਲਸ ਦੇ। ਜਿਹੜਾ ਸ਼ਰਟ ਲਿਆ ਵੀ ਉੱਪਰ, ਇਹਦਾ ਪੈਪਲਮ ਸਟਾਈਲ ਸ਼ਰਟ ਬਣੇਗੀ ਜੀ। ਇਹਦਾ ਨੈਕ ਦਿਖਾਓ, ਬੜੇ ਛੱਡ ਦਿਓ ਨੂੰ ਸਾਰੇ ਨੂੰ। ਹਲੋ ਜੀ, ਅਨੀਅਨ ਕਲਰ ਆ ਜੀ, ਇੱਕ ਤੁਹਾਨੂੰ ਕਲਰ ਵਾਈਟ ਮਿਲੇਗਾ ਜੀ। ਹਲੋ ਜੀ, ਇਸ ਤਰ੍ਹਾਂ ਆਫ ਸ਼ੋਲਡਰ ਆਏਗਾ। ਜਿਹੜੇ ਆਫ ਸ਼ੋਲਡਰ ਨਹੀਂ ਪਾਉਂਦੇ, ਦੋ ਤਰ੍ਹਾਂ ਬਣਦਾ। ਪਿੱਛੇ ਗੱਲ ਮਾੜਾ, ਪਿੱਛੇ ਪਿੱਛੇ ਰੱਖ ਰਿਹਾ, ਪਿੱਛੇ ਮਾੜਾ ਜੀ। ਹਾਂ, ਆਹ ਦੇਖੋ ਜੀ, ਗਾਜ਼ਰੀ ਕਲਰ ਦਾ ਪਿੱਛੇ ਨਾਲ ਨੈੱਟ ਦਾ ਦੁਪੱਟਾ ਆਏਗਾ, ਉੱਪਰ ਪਿਓਰ ਨੈੱਟ ਦਾ ਦੁਪੱਟਾ ਇਸ ਤਰ੍ਹਾਂ ਜੀ। ਹਲੋ ਜੀ, ਇਹ 13 ਨੰਬਰ ਆਈਟਮ ਆ ਜੀ, ਇਹ 8240। ਤੁਸੀਂ ਬਿਲੀਵ ਨਹੀਂ ਕਰ ਕਹੋਗੇ ਕਿ 2200-2300 ਸਟਿਚਿੰਗ ਆ ਕਲੀਆਂ ਵਾਲੇ ਇਸ਼ਾਰੇ ਦੀ। ਇਹ ਤੁਹਾਨੂੰ ਫਿਰ ਮਿਲੇਗਾ 8240 ਦੀ ਰੇਂਜ ਜੀ। ਇਹ ਲਿਆਉੜੇ, ਇਹਦਾ ਸੈਕਿੰਡ ਵਰਜ਼ਨ ਆਏਗਾ, ਦੋ ਵਰਜ਼ਨ ਆਉਂਦੇ ਨੇ। ਪਾਕਿਸਤਾਨੀ ਇਸ਼ਾਰਾ ਸੀਗਾ, ਹੁਣ ਦਿਖਾਵਾਂਗੇ ਤੁਹਾਨੂੰ ਗਰਾਰਾ ਜੀ। ਪਿਓਰ ਚਨੋਨ, ਅੱਛੇ ਫੈਬਰਿਕ ਨੇ, ਅੱਛੀ ਅੱਛੀ ਡਿਜ਼ਾਇਨਰ ਦਾ ਕਾਰੀਗਰ ਦਾ ਮਾਲ ਬਾਏ ਕਰ ਰਹੇ ਹਾਂ, ਅੱਛੀ ਕੁਆਲਿਟੀਆਂ ਨੇ। ਇਹਦੇ ਪਰ ਦਿਖਾਓ ਬੇਟੇ। ਹਲੋ ਜੀ, ਇਹ ਵੀ ਆਫ ਸ਼ੋਲਡਰ 'ਚ ਆਏਗਾ, ਇਹਦੀ ਵਰਕਮੈਨਸ਼ਿਪ ਬਹੁਤ ਅੱਛੀ ਆ। ਇਸ ਤਰ੍ਹਾਂ ਪੈਪਲਮ ਬਣਿਆ ਜੀ, ਵੀ ਸਾਰਾ ਹੈਂਡ ਦਾ ਕੰਮ ਕੀਤਾ ਹੋਇਆ ਵਾ। ਇਹਦੀ ਵੀ ਰੇਂਜ ਸੇਮ ਹੈਗੀ ਹੈ, ਨਾਲ ਦੁਪੱਟਾ ਕੰਟਰਾਸਟ ਆ, ਉਹਦਾ ਦੁਪੱਟਾ ਸੇਮ ਸੀਗਾ, ਇਹਦਾ ਦੁਪੱਟਾ ਕੰਟਰਾਸਟ ਆਏਗਾ। ਪੀਚ ਨਾਲ ਕੋਰਲ ਦਾ ਕੰਟਰਾਸਟ ਬਣਿਆ ਹੋਇਆ ਵਾ, 4 ਸਾਈਡ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਆ। ਇਹਦੀ ਵੀ ਰੇਂਜ ਸੇਮ ਆ, 14 ਨੰਬਰ ਆਈਟਮ ਆ ਜੀ ਇਹ। ਇਹ ਵੀ 14 ਨੰਬਰ ਆਈਟਮ, 8240, 8240। ਪਲੀਜ਼ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ, ਕਿ ਆਪਾਂ ਨੂੰ ਬਹੁਤ ਅੱਛਾ ਰਿਸਪੋਂਸ ਤੁਹਾਡੇ ਪਿਆਰ ਨਾਲ ਮਿਲਣਾ ਚਾਹੀਦਾ ਵਾ। ਸਭ ਤੁਹਾਡੇ ਸਹਿਯੋਗ ਨਾਲ ਹੁੰਦਾ ਵਾ, ਸਭ ਡਿਫਰੈਂਟ ਚੀਜ਼ਾਂ ਨੇ। ਬਹੁਤ ਅੱਛਾ ਰਿਸਪੋਂਸ ਮਿਲਦਾ ਤੁਹਾਡਾ ਜੀ। ਇੱਕ ਆਹ ਦੇਖੋ ਜੀ, ਸ਼ਰਾ ਆਏਗਾ ਜੀ, ਇਹ ਫੁੱਲ ਕਲੀਆਂ ਵਾਲਾ ਵਾਈਟ ਕਲਰ 'ਚ ਆਏਗਾ, ਕਰੀਮਿਸ਼ ਵਾਈਟ ਕਲਰ ਆ। ਜਿਹੜੀਆਂ ਲੜਕੀਆਂ ਜਾਂ ਗਰਲਸ ਜਾਂ ਸਾਡੇ ਮੈਮ ਜਿਹੜੇ ਸ਼ੌਕੀਨ ਨੇ ਕਰੀਮਿਸ਼ ਵਾਈਟ ਕਲਰ ਦੇ, ਇਹ ਬਿਊਟੀਫੁੱਲ ਪੀਸ ਆ ਜੀ। ਇਹ ਲੱਖੋ ਬੜੇ। ਹਲੋ ਜੀ, ਸਾਰਾ ਕਸ਼ੀਦਾਕਾਰੀ ਕੰਮ ਆਏਗਾ ਜੀ। ਜਿਹੜੇ ਡਾਕਟਰ ਟੇਸਟ ਆ, ਜਿਵੇਂ ਟੀਚਰ ਟੇਸਟ ਆ, ਕਿ ਉਹਨਾਂ ਦੀ ਵੈਡਿੰਗ ਹੈਗੀ ਆ, ਕੁਛ ਡਿਫਰੈਂਟ ਬਣ ਜਾਂਦੇ ਨੇ, ਕਲਰ ਦਾ ਕੋਈ ਵਹਿਮ ਨਹੀਂ ਹੈਗਾ। ਆਹ ਦੇਖੋ ਜੀ, ਸਾਰਾ ਹੈ। ਆਹ ਸਾਰਾ ਪਰਲਸ ਦਾ ਸੈਟਿੰਗ ਆਏਗੀ ਸਾਰੀ ਜੀ। ਇਹ ਨੈਕਲਾਈਨ 'ਤੇ ਵਰਕ ਕੀਤਾ ਹੈ, ਸਾਰਾ ਹੈਂਡ ਦਾ ਕੰਮ ਆ ਜੀ ਇਹ। ਬੜੇ ਬੈਕ ਰਿਹਾ ਜੀ, ਨਵਦੀਪ ਜਸਵਲ, ਸਤਿ ਸ਼੍ਰੀ ਅਕਾਲ ਜੀ। ਅੱਜ ਸਾਰਾ ਬੈਕ ਬਣੀ ਹੋਈ ਆ, ਸ਼ੋਰਟ ਸ਼ਰਟ ਆ, 32-33 ਲੰਬਾਈ ਹੋਏਗੀ ਇਹਦੀ, ਔਰ ਦੁਪੱਟਾ ਬਹੁਤ ਸੋਹਣਾ ਬਣਿਆ ਜੀ ਇਹਦਾ। ਲਖਨਵੀ ਸੂਟ ਆਉਂਦੇ ਨੇ ਪਿਓਰ ਦੇ। ਆਹ ਦੇਖੋ ਦੁਪੱਟਾ ਫੜੇ ਫੜੇ। ਆਹ ਦੇਖੋ ਜੀ, ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ, ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਜੀ ਇਹਦਾ। ਫੁੱਲ ਹੈਵੀ ਦੁਪੱਟਾ ਹੈਗਾ ਜੀ ਇਹ, ਫੁੱਲ ਹੈਵੀ 2.5 ਮੀਟਰ ਦੁਪੱਟਾ ਵਾ, ਫੁੱਲ ਹੈਵੀ ਡਿਜ਼ਾਇਨਰ ਦੁਪੱਟਾ ਜੀ ਇਹਦਾ। ਮੈਂ ਤੁਹਾਨੂੰ ਰੇਂਜ ਦਿਖਾਉਂਦਾ, ਰੇਂਜ ਦੇਖ ਕੇ ਤੁਸੀਂ ਬਿਲੀਵ ਨਹੀਂ ਕਰ ਪਾਓਗੇ, ਸਿਰਫ 11,045 ਰੁਪਏ ਜੀ। ਬਿਊਟੀਫੁੱਲ ਕਲੈਕਸ਼ਨ ਦੁਪੱਟਾ, ਹੈਵੀ ਸ਼ੋਰਟ ਸ਼ਰਟ, ਰੇਂਜ ਦੇਖੋ ਜੀ, ਸਿਰਫ 11,045 ਦੀ ਰੇਂਜ ਜੀ। ਲਿਆਓ ਨੈਕਸਟ, ਲਿਆਓ। ਇੱਕ ਆਏਗਾ ਜੀ, 3-4 ਲੇਅਰ ਸ਼ਾਰਾ ਬਣਿਆ ਹੋਇਆ ਵਾ, ਸਾਰਾ ਡਸਟੀ ਪੀਚ ਕਲਰ ਆਏਗਾ ਜੀ। ਇਹ ਜੋੜ ਦਾ ਸ਼ਾਰਾ ਬਣਿਆ ਹੋਇਆ ਵਾ, ਨਾਲ ਪੈਪਲਮ ਟੋਪ ਹੋਏਗਾ ਜੀ ਨਾਲ। ਲਿਓ ਸ਼ਰਟ ਲਿਓ ਉੱਪਰ, ਔਰ ਬਿਊਟੀਫੁੱਲ ਥਰੈਡ ਵਰਕ 'ਚ ਆਏਗਾ ਜੀ ਇਹ, ਸੈਲਫ ਮੈਚਿੰਗ ਆ। ਜਿਹੜੇ ਓਵਰ ਚਮਕ ਵਗੈਰਾ ਨਹੀਂ ਵੇਅਰ ਕਰਦੇ, ਇਹ ਡਿਜ਼ਾਇਨਰ ਦੇ ਪੀਸਿਸ ਆਉਣਗੇ ਸਾਰੇ। ਪਰਲ ਸੈਟਿੰਗ ਆ, ਨੀਚੇ ਨੈਟ ਦੀ ਪੈਪਲਮ ਲੱਗੀ ਆ। ਆ ਜੀ ਬੈਕ ਆਏਗੀ ਜੀ ਇਹਦੀ, ਔਰ ਲਾਈਟ ਵੇਟ ਦੁਪੱਟਾ ਆਏਗਾ, ਨੈਟ ਦਾ ਦੁਪੱਟਾ ਜੀ ਇਹਦਾ। ਇਹ ਚੀਜ਼ਾਂ ਅਸੀਂ ਰੈਡੀ ਕਰਵਾਉਂਦੇ ਹਾਂ ਆਪਣੀਆਂ ਖੁਦ ਦੀਆਂ, ਸਾਡੇ ਖੁਦ ਦੇ ਡਿਜ਼ਾਇਨਰ ਰੱਖੇ ਹੋਏ ਨੇ। ਅਤੇ ਆਹ 16 ਨੰਬਰ ਆਈਟਮ ਆ ਦੇਖੋ, ਡਸਟੀ ਬੀਚ ਕਲਰ, ਇਹ ਤੁਹਾਨੂੰ ਕਰੀਮ ਕਲਰ ਹੀ ਮਿਲ ਜਾਏਗਾ, 11,495, ਯਾਨੀ ਕਿ 11,495 ਰੇਂਜ 'ਚ ਲਾਂਚ ਕੀਤਾ ਜੀ ਇਹ ਪੀਚਿਸ ਕਲਰ ਦਾ ਪੀਚ। ਅਤੇ ਉਹ ਨੈਕਸਟ ਆਊਟ। ਹਲੋ, ਅਗਲਾ ਡਿਜ਼ਾਇਨ ਦਿਖਾਉਣਾ ਤੁਹਾਨੂੰ, ਇਹ ਵੀ ਕਲੀਆਂ ਵਾਲਾ ਸ਼ਰਾਰਾ ਬਣਿਆ ਹੋਇਆ ਵਾ, ਬਹੁਤ ਸੋਹਣਾ ਪੀਸ ਬਣਿਆ ਦੇਖੋ ਜੀ ਇਹ। ਸਾਰਾ ਹੈਂਡ ਦੀ ਪੱਟੀ ਲੱਗੀ ਹੋਈ ਆ, ਉਹਦੇ ਉੱਪਰ ਸਾਰਾ ਸੀਕੁਐਂਸ ਦਾ ਸੈਲਫ ਮੈਚਿੰਗ 'ਚ ਕੰਮ ਕੀਤਾ ਹੋਇਆ ਵਾ। ਇਹਦੀ ਉੱਪਰ ਡਿਜ਼ਾਇਨਰ ਸ਼ਰਟ ਹੈਗੀ ਹੈ ਜੀ।
ਇਹ ਹੈਗਾ ਬਾਰਡਰ ਗ੍ਰੀਨ ਕਲਰ 'ਚ ਆਏਗਾ ਜੀ। ਇੱਥੇ ਅਲੱਗ ਅਲੱਗ ਚੀਜ਼ਾਂ ਆਉਂਦੀਆਂ ਨੇ, ਕੋਈ 87 ਦਾ ਆਉਂਦਾ, ਕੋਈ 89 ਦਾ ਆਉਂਦਾ, ਕੋਈ 82 ਦਾ ਆਉਂਦਾ। ਇਸ ਤਰ੍ਹਾਂ ਬੈਕ ਕਰੋ ਬੇਟੀ, ਇਹਨਾਂ ਸਭ ਨਾਲ ਬਾਜ਼ੂ ਹੁੰਦੀਆਂ ਨੇ, ਤੁਸੀਂ ਕਿੰਨੀ ਬੈਗ ਡੀਪ ਪਾਉਣੀ ਆ ਇਹ ਤਾਂ ਤੁਹਾਡੇ ਸਾਈਜ਼ ਦੇ ਅਕੋਰਡਿੰਗ ਰੈਡੀ ਹੁੰਦਾ ਜੀ। ਇਹ ਫਰੰਟ ਕਰੋ, ਦੁਪੱਟਾ ਆ ਗਿਆ ਕੰਟਰਾਸਟ, ਯਾਨੀ ਕਿ ਇਹ ਪੀਸ ਜਿਹੜਾ ਆਏਗਾ ਬਾਰਡਰ ਗ੍ਰੀਨ ਨਾਲ ਲਾਈਟ ਗ੍ਰੀਨ ਕਲਰ ਦਾ ਕੰਟਰਾਸਟ ਆਏਗਾ ਜੀ। ਇਹਦੀ ਮੈਂ ਤੁਹਾਨੂੰ ਰੇਂਜ ਦਿਖਾਉਂਦਾ ਵਾਂ, ਦੋ ਤਰ੍ਹਾਂ ਬਣਦਾ ਜੀ, ਇਹ ਇੱਕ 89 ਦੀ ਰੇਂਜ 'ਚ ਬਣਦਾ ਵਾ, ਇੱਕ 82 ਦੀ ਰੇਂਜ 'ਚ ਬਣਦਾ ਵਾ। ਇਹ ਅਲੱਗ ਅਲੱਗ ਤੁਹਾਡਾ ਦੁਪੱਟਾ ਵੀਵਿੰਗ ਦਾ ਫਰਕ ਹੁੰਦਾ ਵਾ, ਥੋੜ੍ਹਾ ਫੈਬਰਿਕ ਦਾ ਫਰਕ ਪੈ ਜਾਂਦਾ ਵਾ। ਯਾਨੀ ਕਿ ਇਹ ਹੈਗਾ ਜੀ 8240 ਜੀ। ਲਿਆਓ ਨੈਕਸਟ, ਲਿਆਓ ਇੱਕ ਡਰੈਸ ਰਹਿ ਗਈ ਸੀ ਦਿਖਾਉਣ ਵਾਸਤੇ, ਦੁਬਾਰਾ ਦਿਖਾ ਰਹੇ ਹਾਂ। ਇਹ ਸਾਡਾ ਬਹੁਤ ਹੀ ਬਿਊਟੀਫੁੱਲ ਡਿਜ਼ਾਇਨ ਹੈ ਜੀ, ਬਹੁਤ ਅੱਛਾ ਰਿਸਪੋਂਸ ਮਿਲਿਆ ਔਨਲਾਈਨ। ਤੁਹਾਨੂੰ ਲੱਗੇਗਾ ਜਿਵੇਂ ਜੈਕਟ ਸਟਾਈਲ ਪਾਇਆ ਹੁੰਦਾ ਵਾ, ਬਟ ਹੈ ਕਿ ਇਹ ਲੌਂਗ ਡਰੈਸ। ਸਾਈਡ ਕਲੀ ਵੋਕ ਆਉਂਦਾ ਵਾ, ਸੈਂਟਰ ਕਲੀ ਪਲੇਨ ਹੁੰਦੀ ਆ, ਸਾਈਡਸ 'ਤੇ ਵੋਕ ਕੀਤਾ ਹੋਇਆ ਸਾਰਾ ਹੈਂਡ ਦਾ, ਮਲਟੀ ਹੈਡ ਦਾ, ਨਾਲ ਉੱਪਰ ਹੈਂਡ ਵੋਕ, ਨਾਲ ਬਾਜ਼ੂ ਆਉਣਗੇ ਬੈਲ ਬਾਜ਼ੂ, ਵਾਈਨ ਕਲਰ ਆ ਬਈ ਬੈਕ ਕਰਿਓ। ਇਸ ਤਰ੍ਹਾਂ ਫਰੰਟ ਇੱਦਾਂ ਹੀ ਬਹਿ, ਫਟਾਫਟ ਪਰ ਫਰੰਟ ਜਿਹੜਾ ਸੈਂਟਰ ਕੱਟ ਲਾਈਟ ਆਏਗਾ ਜੀ, ਨਾਲ ਦੁਪੱਟਾ ਖੋ ਭਾਜੀ ਉੱਪਰ ਬੈਕ ਮੈਗੀ ਲਿਆ। ਦੁਪੱਟਾ ਹੈਗਾ ਸ਼ਿਫੋਨ ਦਾ ਜੀ, ਇਹਦਾ ਫੋਰ ਸਾਈਡ ਬਾਰਡਰ ਵਰਕ ਕੀਤਾ ਹੋਇਆ ਵਾ, 18 ਨੰਬਰ ਆਈਟਮ ਆ ਜੀ। ਆਹ ਫਟਾ ਲੈ ਲਿਆ ਲਿਆ, ਇਹ ਆਏਗਾ 11,540। ਇਹ ਹਰ ਸਾਈਜ਼ ਦੇ ਅਕੋਰਡਿੰਗ ਕਿਸੇ ਦੀ ਤੁਹਾਡੀ ਆ, ਇਹ 5 ਫੁੱਟ ਤੋਂ ਲੈ ਕੇ 6 ਫੁੱਟ 2 ਇੰਚ ਤੱਕ ਕਵਰ ਹੁੰਦੀ ਆ ਹਾਈਟ ਜੀ। ਇਹ ਰੈਡੀ ਟੂ ਵੇਅਰ ਪੀਸ ਕਰਾ ਕੇ ਦਿੰਦੇ ਹਾਂ ਅਸੀਂ, ਮਤਲਬ ਕੋਈ ਚਾਰਜਿਸ ਵਗੈਰਾ ਨਹੀਂ ਹੁੰਦੇ ਜੀ। ਲਿਆਓ ਜੀ, ਇੱਕ ਆਏਗਾ ਸ਼ਾਰਾ, ਆਏਗਾ ਕਲੀਆਂ ਵਾਲਾ ਸ਼ਾਰਾ ਜੀ। ਇਹ ਉੱਪਰੋਂ ਫਿਟਿੰਗ ਆਏਗੀ, ਨੀਚੇ ਸਾਰਾ ਵੋਕ ਕੀਤਾ, ਸਕਾਈ ਬਲੂ ਕਲਰ ਦਾ ਪੀਸ ਆ। ਇਹਦੇ ਉੱਪਰ ਸਿਲਰ ਦੀ ਸ਼ਰਟ ਆਏਗੀ ਜੀ। ਆ ਲਓ ਜੀ, ਸ਼ਰਟ ਸ਼ਰਟ ਆ, ਸਾਰਾ ਹੈਂਡ ਦਾ ਕੰਮ। ਸ਼ਾਰਾ ਛੱਡ ਦੇ ਕਰ ਬੇਟੇ, ਛੱਡਦਾ। ਆ ਲਓ, ਪੀਸ ਦੀ ਪੀਚ ਕਲਰ ਦੀ ਫਿਨਿਸ਼ਿੰਗ ਦਿੱਤੀ ਹੋਈ ਆ। ਹਾਲੋ ਜੀ, ਸਾਰਾ ਫੁੱਲ ਬਾਜ਼ੂ ਕੀਤੇ ਹੋਏ ਨੇ ਜੀ, ਸਾਰਾ ਕਿਰਦਾਣੇ ਦਾ ਵੋਕ ਕੀਤਾ ਹੋਇਆ ਵਾ, ਇਸ ਤਰ੍ਹਾਂ ਬਣਿਆ ਹੋਇਆ ਵਾ। ਨਾਲ ਦੁਪੱਟਾ ਜਿਹੜੀ ਜਿਸ ਕਲਰ ਦੀ ਫਿਨਿਸ਼ਿੰਗ ਦਿੱਤੀ ਗਈ ਆ, ਉਸ ਕਲਰ ਦਾ ਦੁਪੱਟਾ, ਡਿਜ਼ਾਈਨਰ ਦੁਪੱਟਾ ਬਣਿਆ ਹੋਇਆ ਵਾ। ਇਹ ਹੁਣ ਤਾਂ ਬਹੁਤ ਪ੍ਰਾਪਤ ਹੋ ਗਿਆ। ਆਹ ਦੇਖੋ ਜੀ, ਦੁਪੱਟੇ ਦਾ ਸਟਾਈਲ ਦੇਖੋ ਨਾ, ਪਿਆਰਾ ਵਾ, ਲਾਈਟ ਸਕਾਈ ਬਲੂ ਦੇ ਨਾਲ ਪੀਸ ਦਾ ਕੰਟਰਾਸਟ ਆ ਜੀ। ਇਹ 19 ਨੰਬਰ ਆਈਟਮ ਆ, 9890 9890 ਦੀ ਰੇਂਜ ਦੀਦੀ। ਇਹ ਲਾਂਚ ਕੀਤਾ ਡਿਜ਼ਾਈਨ ਜੀ, ਲਾਈਟ ਸਕਾਈ ਬਲੂ ਕਲਰ 'ਚ। ਲਿਆਓ ਨੈਕਸਟ, ਲਿਆਓ ਜਿਹੜਾ ਲਾਸਟ ਪੀਸ ਦਿਖਾਉਣ ਜਾ ਰਹੇ ਹਾਂ, ਉਹ ਨਵੀਂ ਕਲਰ ਮੈਚਿੰਗ ਲਾਂਚ ਕੀਤੀ ਹੈ ਜੀ। ਇਹ ਪੈਂਟ ਸਟਾਈਲ ਆਏਗਾ ਜੀ, ਨੀਚੇ ਸਟਰਾਊਜ਼ਰ ਹੈਗੀ ਹੈ ਜੀ ਇਹਦੇ। ਇਹ ਕੁਛ ਨਵਾਂ ਇਹ ਲਾਂਚ ਹੋਇਆ ਵਾ, 1 ਪੀਸ ਹੀ ਆਇਆ ਜੀ, ਓਨਲੀ 1 ਪੀਸ ਆ। ਸਾਰਾ ਮਲਟੀ ਹੈਡ ਦਾ ਕੰਮ ਕੀਤਾ ਹੋਇਆ ਜੀ ਇੱਥੇ। ਆਹ ਦੇਖੋ, ਸਟੇਟ ਪੈਂਟ ਬਣੀ ਹੈ, ਐਂਕਰ ਲੈਂਥ ਦੀ ਹੈ। ਜਾਂ ਪਰ ਸ਼ਰਟ ਲਿਆਓ ਜੀ, ਇਹਦੇ ਉੱਪਰ ਇਸ ਤਰ੍ਹਾਂ ਸ਼ਰਟ ਸ਼ਰਟ ਆਏਗੀ, ਯਾਨੀ ਕਿ ਸ਼ਰਟ ਸ਼ਰਟ ਦੇ ਨਾਲ ਪੀਚ ਨਾਲ ਆਪਣਾ ਲਾਈਟ ਮੋਵ ਦਾ ਕੰਟਰਾਸਟ ਹੈ ਜੀ। ਇਹ ਉਸ ਤਰ੍ਹਾਂ ਹੀ ਬੈਲ ਬਾਜ਼ੂ ਬਣੇ ਹੋਏ ਨੇ, ਮੈਂ ਦਿਖਾਇਆ ਗਾ ਕਿ ਉਹ ਬੈਲ ਬਾਜ਼ੂ ਦਾ ਬਹੁਤ ਡਰਾਂਡ ਆ। ਨਾਲ ਦੁਪੱਟਾ ਹੈਗਾ ਸ਼ੇਖ, ਇਹ ਬੜੇ ਲਿਮਿਟਡ ਪੀਸ ਨੇ, ਜਿਨ੍ਹਾਂ ਨੇ ਪੀਸ ਬਾਏ ਕਰਨੇ ਨੇ ਤੁਸੀਂ ਨੰਬਰ 'ਤੇ ਆਪਣਾ ਵਟਸਐਪ ਕਰਕੇ ਆਪਣਾ ਪੀਸ ਬੁੱਕ ਕਰਾ ਸਕਦੇ ਹੋ। ਆਈਟਮ ਨੰਬਰ 20 ਆ ਜੀ ਇਹ, 8735, ਯਾਨੀ ਸਿਰਫ 8725 ਰੁਪਏ 35 ਰੇਟ ਆ ਜੀ ਇਹਦਾ। ਰੈਡੀ ਟੂ ਪੀਸ ਹੈਗਾ ਜੀ ਇਹ, ਜਿਹੜਾ ਤੁਹਾਨੂੰ ਹੁਣ ਇਹ 20 ਆਈਟਮਾਂ ਸੀਗੀਆਂ। ਇਹ ਤੁਹਾਨੂੰ ਦੁਬਾਰਾ ਇੱਕ ਵਟਸਐਪ ਨੰਬਰ ਦਿਖਾ ਦਈਏ, ਚੁੱਕੋ ਮੈਂ ਸਾਰੇ ਕੁਛ। ਇਹ ਆਪਣੇ 3 ਵਟਸਐਪ ਨੰਬਰ ਨੇ ਪੁਰਾਣੇ ਜੀ, ਜਿਹਨਾਂ ਤੁਸੀਂ ਕੋਈ ਵੀ ਕਾਲ ਕਰਨੀ ਆ, ਕੋਈ ਵੀ ਆਰਡਰ ਕਨਫਰਮ ਕਰਨਾ ਵਾ, ਕੋਈ ਵੀ ਆਰਡਰ ਕਰਨਾ ਵਾ, ਇਹ 3 ਨੰਬਰਾਂ 'ਤੇ ਆਪਣਾ ਕਰਕੇ ਕੋਲਸ ਕਰਕੇ ਜਾਂ ਵਟਸਐਪ ਕਰਕੇ ਆਪਣੇ ਪੀਸ ਬੁੱਕ ਕਰਾ ਸਕਦੇ ਹੋ। ਅਤੇ ਹੁਣ ਕੋਈ ਰਾਊਂਡ ਅਪ ਕਰਾ ਦਈਏ, ਜੋ ਨਵੀਆਂ ਚੀਜ਼ਾਂ ਆਈਆਂ ਨੇ ਗਾਊਨ 'ਚ, ਲਹਿੰਗੇ 'ਚ, ਪਾਰਟੀ ਵੇਅਰ ਸੂਟਾਂ 'ਚ, ਕੋਈ ਰਾਊਂਡ ਧਿਆਨ ਨਾਲ ਦੇਖਣਾ ਜੀ। ਅਤੇ ਪਲੀਜ਼ ਵੀਡੀਓ ਵੱਧ ਤੋਂ ਸ਼ੇਅਰ ਕਰਨਾ। ਇੱਕ ਆ ਪੀਸ ਹੈਗਾ ਜੀ ਦਿਖਾਉਣਾ, ਮੈਂ ਕੋਈ ਤੁਹਾਨੂੰ ਸਾਰੀ ਸ਼ੋਪ ਦਿਖਾ ਰਿਹਾ ਵਾਂ, ਕਿਉਂਕਿ ਰਸ਼ ਹੁੰਦਾ ਵਾ, ਨਹੀਂ ਪੀਸ ਪਾ ਸਕਦੇ ਕਈ ਵਾਰੀ। ਇੱਕ ਆ ਪੀਸ ਹੈਗਾ ਸੀਗਾ, ਦਿਖਾਉਣ ਤੋਂ ਰਹਿ ਗਿਆ ਸੀਗਾ, ਦਿਖਾਉਣ ਤੋਂ ਮੀਨਸ ਜਾਣੀ ਕਿ ਵੀਡੀਓ 'ਚ ਪਾਇਆ ਨਹੀਂ ਗਿਆ ਪੀਸ, ਲਿਸਟ ਬਣ ਚੁੱਕੀ ਸੀਗੀ, ਬਾਅਦ 'ਚੋਂ ਆਇਆ। ਸਿਰਫ 85 ਦੀ ਰੇਂਜ 'ਚ ਆਇਆ ਜੀ ਪੀਸ, ਇਹ ਸਿਲਵਰ ਗ੍ਰੇ ਕਲਰ ਦਾ ਪੀਸ ਹੈ ਜੀ। ਇਸ ਤਰ੍ਹਾਂ ਆਏਗੀ ਬੈਕ ਜੀ, 85 ਦੀ ਰੇਂਜ ਹੈ ਜੀ। ਆਹ ਚੀਜ਼ ਆਉਂਦੀਆਂ ਨੇ ਰਿੰਗ ਸੈਰਾਮਨੀ ਵਾਸਤੇ ਜਾਂ ਰਿਸੈਪਸ਼ਨ ਵਾਸਤੇ ਆਉਂਦੀਆਂ ਨੇ। ਡਰੇਪਿੰਗ ਗਾਊਨ ਆਪਣਾ ਲਹਿੰਗਾ ਚੋਲੀ ਡਰੇਪ ਬਣਿਆ ਹੋਇਆ ਜੀ ਇਹ।
ਇੱਕ ਐਡਰੈਸ ਨਹੀਂ ਬੜਾ ਮੀਟ ਕਰੀ ਫਿੱਟੇ ਪੀਆਂ ਦੀ ਹੈਲੋ ਜੀ ਇਹ ਬਰੋਚਿਸ ਟਾਈਪ ਦੇ ਪੀਸ ਆਏਗਾ ਜੀ ਆਫ ਸ਼ੋਲਡਰ 'ਚ ਹੈਲੋ ਪੂਰਾ ਫਰੇਜ ਵਾਲੇ ਡਰੈਸ ਆ ਜੀ ਇਹ ਵੀ 82-83 ਦੀ ਰੇਂਜ 'ਚ ਹੋਏਗਾ ਜੀ ਇਹ ਦੋ ਪੀਸ ਡੰਮੀਆਂ ਦੇ ਹੈਗੇ ਸਿਸਟਰ ਮੈਂ ਤੁਹਾਨੂੰ ਦਿਖਾਉਣਾ ਦੋ ਪੀਸ ਇਹ ਵੀ ਸ਼ੈਂਪੀਨ ਗੋਲਡ ਕਲਰ ਦਾ ਪੀਸ ਹੈ ਇਹ 'ਚੋਂ ਲੌਂਗ ਡਰੈਸ ਆ ਇਹਦੇ ਉੱਪਰ ਜੈਕਟ ਆ ਬੈਕ ਡੰਮੀ ਦੀ ਹਾਲੋ ਜੀ ਇਹ ਵੀ ਤਕਰੀਬਨ 15 ਦੀ ਰੇਂਜ ਹੋਏਗਾ ਜੀ ਪੀਸ ਫਰੰਟ ਕਰ ਦਿਓ ਮੈਡਮ ਬਹੁਤ ਸੋਹਣਾ ਪੀਸ ਆ ਜੀ ਇਹ ਨੀਚੇ ਸਿਲਕ ਦਾ ਲੌਂਗ ਡਰੈਸ ਆ ਉਹਦੇ ਪਰ ਨੈੱਟ ਦਾ ਜਿਹੜਾ ਗਾਊਨ ਆਏਗਾ ਉਹਦੇ ਪਰ ਜੈਕਟ ਨੈੱਟ ਦੀ ਆਏਗੀ ਜੀ ਲੋ ਜੀ ਇਹ ਚੀਜ਼ਾਂ ਜੀ ਲੇਟੈਸਟ ਤੁਹਾਨੂੰ ਦਿਖਾਈਆਂ ਨੇ ਅਤੇ ਪਲੀਜ਼ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਹਰ ਕੰਟਰੀ ਦੇ ਕੋਨੇ ਤੱਕ ਪਹੁੰਚ ਸਕੇ ਅਤੇ ਆਹ ਆਪਣਾ ਸੈਕਸ਼ਨ ਖੜਾ ਹੈਗਾ ਵਾ ਅੰਤ ਚੀਜ਼ ਦਾ ਸੈਕਸ਼ਨ ਆ ਜੀ ਇਹ ਅਤੇ ਇੱਥੇ ਸਟਾਰਟਿੰਗ ਹੋਏ 7,000 ਤੋਂ ਲੈ ਕੇ 20-22-25-30-35-40,000 ਤੱਕ ਦੇ ਸੂਟਸ ਆਉਂਦੇ ਨੇ ਬੜੇ ਇੱਕ ਸੂਟ ਥੋੜ੍ਹੀ ਜਿਹਾ ਰੋਜ਼ੀ ਵਾਲਾ ਮੈਂ ਤੁਹਾਨੂੰ 2-4 ਆਈਡੀ ਨਿਗਾਹ ਕਰਾਉਂਦਾ ਵਾ ਅਤੇ ਦੇਖਣ ਦਾ ਆਇਆ ਸੁਪਰ ਡਿਜ਼ਾਈਨ ਹੈਗਾ ਜੀ ਇਹਦਾ ਇਹਦੀ ਫਰੰਟ ਬੈਕ ਸੇਮ ਘੇਰਾ ਆਉਂਦਾ ਵਾ ਜੀ ਨਾਲ ਬਾਜ਼ੂ ਸੇਮ ਬੋਰਡਰ ਆਉਂਦੇ ਨੇ ਮੀਨਾਕਾਰੀ ਕੰਮ ਕੀਤਾ ਹੁੰਦਾ ਜੀ ਇਹ ਹਾਂ ਦੇਖੋ ਸੇਮ ਇਸ ਤਰ੍ਹਾਂ ਫਰੰਟ ਸਿਸਟਰ ਦੀ ਬੈਕ ਬਣੀ ਹੋਈ ਹੈ ਨਾਲ ਜਿਹੜਾ ਦੁਪੱਟਾ ਆਏਗਾ ਓਰਨੀ ਸਟਾਈਲ ਦਾ ਦੁਪੱਟਾ ਆਏਗਾ ਫਿਰੋਜ਼ੀ ਕਲਰ 'ਚ ਜੀ ਇਹਦੀ ਰੇਂਜ ਜੋ ਟੈਗ ਨਿਕਲਿਆ ਵਾ ਇਹ ਹੈਗਾ 11,240 ਰੁਪਏ ਦੀ ਕਲਰ ਆਉਂਦੇ ਨੇ ਆਫ ਵਾਈਟ ਆਉਂਦਾ ਰੱਖੀ ਆਫ ਵਾਈਟ ਉੱਪਰ ਉਹ ਗ੍ਰੀਨ ਥੱਲੇ ਪਿਆ ਇਹ ਆਲਾ ਤਿੰਨ ਕਲਰ ਆਉਂਦੇ ਨੇ ਜੀ ਅਤੇ ਤਿੰਨੇ ਕਲਰ ਅਲਟੀਮੇਟ ਨੇ ਜੀ ਆ ਦੇਖੋ ਇਹ ਹੈਗਾ ਆਫ ਵਾਈਟ ਨਾਲ ਪਿੰਕ ਦਾ ਕਲਰ ਇਹ ਨਵਾਂ ਕਲਰ ਗ੍ਰੀਨ ਨਾਲ ਹੈਗਾ ਜੀ ਇੱਕ ਸੈਕਿੰਡ ਵਰਜ਼ਨ ਮੋਵ ਨਹੀਂ ਕਾਫੀ ਜ਼ਿਆਦਾ ਮੋਵ ਕਲਰ 'ਚ ਮੇਰੇ ਕੋਲ ਵੈਡਿੰਗ ਸੂਟ ਦੇ ਵਧੀਆ ਦੇ ਕੱਢਣਗੇ ਆਪਣੇ ਚੋਇਸ ਦਾ ਬਹੁਤ ਬੜੇ ਪੀਸ ਆ ਇੱਕ ਇਹਦਾ ਸੈਕਿੰਡ ਵਰਜ਼ਨ ਆਉਂਦਾ ਰੀਬਨ ਵਾਕ ਉਹ ਸੈਲ ਮੈਚਿੰਗ ਇੱਕ ਆਉਂਦਾ ਰੀਬਨ ਵਾਕ ਜੀ ਇਹ ਸਾਰਾ ਰੀਬਨਸ ਲੱਗੇ ਹੋਏ ਨੇ ਜੀ ਇਹਦੇ ਦੁਪੱਟਾ ਸੇਮ ਹੁੰਦਾ ਵਾ ਰੇਂਜ ਉਹੀ 10-11-12 ਇਸ ਰੇਂਜ 'ਚ ਆਉਂਦੇ ਨੇ ਪੀਸ ਆਹ ਦੇਖੋ ਇਹ ਲਾਈਲਾ ਕਲਰ ਆ ਜੀ ਲਾਈਲਾ ਕਲਰ ਇੱਕ ਆ ਕੁਛ ਵੈਡਿੰਗ ਸੂਟ ਜਿਹੜੇ ਗਰਲਸ ਕਹਿੰਦੀਆਂ ਅਸੀਂ ਬ੍ਰਾਈਡਲ ਲਹਿੰਗਾ ਨਹੀਂ ਵੇਅਰ ਕਰਨਾ ਆਪਣੇ ਫੰਕਸ਼ਨ 'ਤੇ ਅਸੀਂ ਈਜ਼ੀ ਟੂ ਵੇਅਰ ਰਹਿਣਾ ਵਾ ਕਿ ਸੂਟ ਹੋਵੇ ਲੱਗੇ ਲਹਿੰਗਾ ਪਾਇਆ ਹੁੰਦਾ ਜਿਵੇਂ ਇਹ ਲਹਿੰਗੇ ਵਾਲੇ ਵੋਕ ਆਉਂਦੇ ਨੇ ਸਾਰੇ ਜੀ ਇਹ ਰੈੱਡ ਨਾਲ ਹੋਲਡਿੰਗ ਦੀ ਪੱਟੀ ਹੈਗੀ ਆ ਇਸ ਤਰ੍ਹਾਂ ਸਾਰੀ ਨੈਕਲਾਈਨ ਬਣੀ ਹੋਈ ਆ ਬਹੁਤ ਹੀ ਬਿਊਟੀਫੁੱਲ ਨੇ ਸਟਾਰਟਿੰਗ ਹੋ ਜਾਂਦੀ ਅੱਛੇ ਸੂਟ ਦੀ 7-8,000 ਤੋਂ ਯਾਨੀ ਕਿ ਅਲਬੜਾ ਖਬਰ ਹਲੋ ਇਸ ਤਰ੍ਹਾਂ ਚੌੜਾ ਬੋਰਡਰ 9 ਗਜ਼ ਦਾ ਬੋਰਡਰ ਬਣਿਆ ਹੋਇਆ ਜੀ ਸਾਰਾ ਹੈਂਡ ਗੋਟਾ ਬੱਤੀ 'ਚ ਸਾਰਾ ਰੈੱਡ ਨਾਲ ਹੋਟ ਪਿੰਕ ਬਣਿਆ ਹੋਇਆ ਵਾ ਯਾਨੀ ਕਿ ਹਰ ਚੀਜ਼ 'ਚ ਕੁਆਲਿਟੀ ਮੇਨਟੇਨ ਕੀਤੀ ਹੋਈ ਆ ਕੀ ਰੇਂਜ ਨਿਕਲੀ ਬੜੇ ਜੀ 24 ਦੀ ਰੇਂਜ 'ਚ ਆਇਆ ਜੀ ਵੈਡਿੰਗ ਸੂਟ 24,180 ਰੁਪਏ ਦੀ ਤੁਸੀਂ ਕੰਮ ਦੀ ਨੀਟਨੈਸ ਦੇਖ ਲਓ ਜਿਹੜੇ ਬੱਚੇ ਪੜ੍ਹੇ ਲਿਖੇ ਨੇ ਕੋਈ ਹੋਚ ਪੋਚ ਨਹੀਂ ਪਸੰਦ ਕਰਦੇ ਇਹ 'ਚ ਕਸਬ ਸਿਲਿਆ ਹੋਇਆ ਗੋਟਾ ਬੱਤੀ ਆ ਦਬਕਾ ਵਾ ਪਰਲ ਆ ਯਾਨੀ ਕਿ ਹਰ ਚੀਜ਼ ਵਧੀਆ ਬਣੀ ਹੋਈ ਆ ਚਲੋ ਜੀ ਮੈਂ ਤੁਹਾਨੂੰ 2-4 ਆਈਡੀਆ ਨਿਗਾਹ ਕਰਾਤੇ ਜਿਹੜੇ ਕਸਟਮਰ ਚਾਹੁੰਦੇ ਨੇ ਕਿ ਅਸੀਂ ਵਰਾਇਟੀ ਡਿਫਰੈਂਟ ਚਾਹੁੰਦੇ ਹਾਂ ਦੇਖੋ ਪੈਸੇ ਹਰੇਕ ਨੇ ਖਰਚਣੇ ਹੁੰਦੇ ਨੇ ਬਟ ਜੋ ਜਿਹੜੇ ਪੈਸੇ ਸਹੀ ਜਗ੍ਹਾ ਸੀ ਜੀ ਲੱਗ ਜਾਵੇ ਔਰ ਆਪਣੇ ਰੇਂਜ ਵੀ ਰੀਜ਼ਨੇਬਲ ਹੋ ਜਾਵੇ ਇਹ ਉਹਨਾਂ ਵਾਸਤੇ ਚੀਜ਼ਾਂ ਸੀਗੀਆਂ ਅਤੇ ਪਲੀਜ਼ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਹੋ ਅਤੇ ਜਿਨ੍ਹਾਂ ਨੇ ਕੋਈ ਔਡਰ ਕਰਨਾ ਹੋਵੇ ਆਪਣਾ ਜਾਂ ਕੈਸ਼ ਔਨ ਡਿਲੀਵਰੀ ਕਰ ਸਕਦੇ ਹਾਂ ਆਪਾਂ ਇਨ ਪੰਜਾਬ ਠੀਕ ਹੈ ਜੀ ਤੁਸੀਂ ਮੇਰੇ ਨੰਬਰ 'ਤੇ ਵਟਸਐਪ ਕਰਕੇ ਕਿਸੇ ਨੇ ਵੀ ਆਪਣਾ ਨੰਬਰ ਐਡ ਕਰਵਾਉਣਾ ਗਰੁੱਪ 'ਚ ਕਰਾ ਸਕਦੇ ਹੋ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਮੈਂ ਹੋੜਾ ਸੰਦੀਪ ਸਿੰਘ ਤੋਂ ਵੈਲਕਮ ਅਦਾ ਕਰਦਾ ਜੀ ਅਤੇ ਕੱਲ੍ਹ ਦੁਬਾਰਾ ਮਿਲਾਂਗੇ ਨਵੇਂ ਲਹਿੰਗੇ ਲੈ ਕੇ ਲਹਿੰਗਿਆਂ ਦੀ ਰੇਂਜ ਜਿਹੜੇ ਅਨਸਿਜ਼ ਲਹਿੰਗੇ ਆਏ ਨੇ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ